मैपल लीफ की वाइट सीमेंट बेस्ड एचडी पट्टी, जब बेस ही ना हो स्ट्रॉन्ग तो सब कुछ होगा रॉन्ग। की हो गया तेनों, घंटा हो गया सुनी, आयनू परेशानी हो गई? भाजी तुहाडे कोल आया, तुसीं ध्यान ही नहीं करन डे मेरे वल। मैं ही पुछिया तेरे कोलों, तू कड़ा उठदे आप दस दित्ता। एक घंटे बाद तुसीं मैनूं पुछिया भाजी। पहले चाह पानी पीती है ना तू? चाह कादी पीती, चाह चंगी लगदी भाजी, इत्थे चाह लंघन नहीं सी डई, तुसीं ते पलाती। मैं तुहानूं पता घुट किदां पीते भाजी। इनफेक्शन है गले च कोई? ਉਹ ਭਾਅ ਜੀ ਨਹੀਂ, ਇਨਫੈਕਸ਼ਨ ਨਹੀਂ, ਕੋਈ ਪਰੇਸ਼ਾਨੀ ਵੀ ਹੁੰਦੀ ਹੈ ਤੁਸੀਂ? ਪਰੇਸ਼ਾਨੀ ਦਿਮਾਗ 'ਚ ਹੁੰਦੀ ਹੈ ਅਤੇ ਚਾਹ ਗਲੇ ਨਾ ਪੀਣੀ, ਮਤਲਬ ਉੱਤੇ ਥੱਲੇ ਤਾਂ ਤੈਨੂੰ ਫੰਕਸ਼ਨ ਦਾ ਨਹੀਂ ਪਤਾ। ਚੱਲ ਪਰੇਸ਼ਾਨੀ ਦੱਸਣਾ ਕੀ ਹੋਇਆ ਕੀ ਹੈ? ਭਾਅ ਜੀ ਮੈਂ ਕੀ ਦੱਸਾਂ ਤੁਹਾਨੂੰ, ਤੁਸੀਂ ਆਪ ਸਮਝਦਾਰ ਆ। ਹੁਣ ਤੂੰ ਦੱਸਣਾ ਵੀ ਨਹੀਂ ਚਾਹੁੰਦਾ, ਤੈਨੂੰ ਪਰੇਸ਼ਾਨੀ ਵੀ ਹੈ, ਰਹਿਣ ਦੇ ਫਿਰ ਬੈਠੇ ਰਹਿਣੇ ਜੀ ਘੰਟਾ ਘੰਟਾ। ਨਹੀਂ ਨਹੀਂ ਮੈਂ ਦੱਸਦਾ ਭਾਅ ਜੀ, ਮੈਂ ਤਾਂ ਵੈਸੇ ਕਿਹਾ ਤੁਹਾਨੂੰ ਉਹ ਰੁਪਈਆ 60,000 ਚਾਹੀਦਾ ਐਮਰਜੈਂਸੀ ਭਾਅ ਜੀ। ਇਹ ਪਰੇਸ਼ਾਨੀ ਵਾਲੀ ਗੱਲ? ਮਤਲਬ 60,000 ਰੁਪਏ ਦੀ ਖਾਤਰ ਤੂੰ ਇੰਜ ਕਰ ਰਿਹਾ ਕਿ ਜਿਵੇਂ ਪੂਰੇ ਮੁਲਕ ਦਾ ਬੋਝ ਤੇਰੇ ਤੇ ਆਣ ਪਿਆ, ਪੂਰੀ ਦੁਨੀਆ ਤੂੰ ਚਲਾਉਣੀ ਹੈ, ਵੱਖਰਾ ਹੀ ਤੂੰ ਇਕੱਲਾ ਹੀ IMF ਬਣ ਕੇ ਬਹਿ ਗਿਆ ਭਾਅ ਜੀ। ਟੈਨਸ਼ਨ ਰੁਪਈਆ 60,000 ਚਾਹੀਦਾ, ਮੂੰਹ ਤੂੰ ਇੰਜ ਬਣਾਇਆ ਕਿ ਜਿਵੇਂ ਤੇਰੇ ਤੇ ਵੀ 60 ਦੀ ਪੇਮੈਂਟ ਹੈ। ਭਾਅ ਜੀ ਤੁਹਾਨੂੰ ਨਹੀਂ ਪਤਾ ਹੈਗਾ, ਤੁਹਾਨੂੰ ਹੁਣ ਕੀ ਦੱਸਾਂ ਮੈਂ ਵੀ 60 ਕੀ ਰੌਲਾ ਬਣਿਆ ਮੈਂ। 60,000 ਰੁਪਈਆ ਤਾਂ ਦੇਖੋ ਨਾ, ਅਜੇ ਵੀ ਅਸੀਂ ਕਿਸੇ ਕੋਲ ਲੈ ਸਕਦੇ ਤਾਂ ਫਿਰ ਫਿਟੇ ਨੂੰ ਸਾਡਾ। ਭਾਅ ਜੀ ਤੁਹਾਡਾ ਜਿੰਨਾ ਤੱਲਾ ਗਾ ਤੁਸੀਂ ਤਾਂ 2,60,000 ਵੀ ਕਰ ਸਕਦੇ। ਜ਼ਿਆਦਾ ਕਰ ਸਕਦੇ ਆਪਾਂ? ਨਹੀਂ ਨਹੀਂ ਮੈਨੂੰ 60 ਹੀ ਚਾਹੀਦਾ ਭਾਅ ਜੀ, ਬਕਾਇਆ ਭਾਵੇਂ ਤੁਸੀਂ ਰੱਖ ਲਓ। ਬੇਫਿਕਰ ਹੋ ਜਾ, ਆਪਾਂ ਇਹ 60 ਦੀ ਨਾ ਕਿਸੇ ਨਾ ਕਿਸੇ ਨੂੰ 60 ਮਾਰ ਦਿੰਦੇ ਹਾਂ। ਤੇ ਤੁਸੀਂ ਕੋਲੋਂ ਕਰ ਦਿਓ ਫਿਰ ਕਿਸੇ ਨੂੰ? ਨਹੀਂ ਕੋਲੋਂ ਮੈਂ ਕਰ ਦੇਣੇ ਸਨ, ਮੈਨੂੰ ਅਜੇ ਚਾਹੀਦੇ। ਤੈਨੂੰ ਪੈਸੇ ਚਾਹੀਦੇ ਨੇ, ਤੈਨੂੰ ਮੇਰੇ ਕੋਲ ਚਾਹੀਦੇ ਆ, ਕਿਸੇ ਕੋਲ ਚਾਹੀਦੇ, ਮਤਲਬ ਕੋਈ ਫਰਕ ਹੈ ਇਸ ਗੱਲ ਦਾ? ਲੱਭਾ ਸੀ ਠੀਕ ਆ ਭਾਜੀ, ਮੈਨੂੰ ਕਾਲੇ ਚੋਰ ਕੋ ਲੈ ਦਿਓ। ਪੈਸੇ ਗਿਣ ਤੂੰ ਚੁੱਪ ਕਰਕੇ, ਤੈਨੂੰ ਕੀ ਕਿੱਥੋਂ ਆਇਆ? ਹਾਂ ਬਿਲਕੁਲ ਸਹੀ, ਨੋਟ ਤੇ ਨੋਟ ਹੀ ਹੁੰਦੇ। ਹਾਂ ਨੋਟ ਹੀ ਭਾਜੀ, ਤੈਨੂੰ ਕਰਾਓ ਕਿਸੇ ਨੂੰ ਭਾਜੀ, ਸੋਚ ਲਵਾਂ ਕਿਹਨੂੰ ਕਮਾਂ ਮੈਂ। ਤੁਹਾਡਾ ਤਲਕ ਵੀ ਢੇਰ ਆ, ਕਮਾਓ ਦਿਮਾਗ ਭਾਜੀ, ਤੁਹਾਡੀ ਮਿਹਰਬਾਨੀ। ਮੈਂ ਨਾ ਸਖੀ ਸਰਵਰ ਨੂੰ ਕਰਦਾ ਹਾਂ। ਹਾਂ ਉਹ 'ਚੋਂ 60 ਤੁਸੀਂ ਵੀ ਰੱਖ ਲਿਓ ਭਾਅ ਜੀ, ਕੋਈ ਰੌਲਾ ਨਹੀਂ। ਨਹੀਂ ਇਹ 'ਚੋਂ ਵੀ ਰੱਖਣੇ, ਮੈਂ ਤਾਂ ਲੱਕ ਹੀ ਲਵਾਂਗੇ ਕਿਸੇ ਨੂੰ। ਆਹ ਫਿਰ 40 ਤੁਹਾਡਾ ਭਾਅ ਜੀ। ਕੈਸੀ ਗੱਲ, ਕਿਸਮਤ ਵੈਸੇ ਸੁਣਾਦੇ ਆ, ਐਂਡ ਹੈ। ਅੱਛਾ ਜੀ, ਨੰਬਰ ਹੀ ਬੰਦ ਉਹਦਾ ਫਿਰ ਭਾਅ ਜੀ, ਜੇ ਨੰਬਰ ਬੰਦ ਆ ਤਾਂ ਫਿਰ ਸਾਡੇ ਸਾਹ ਵੀ ਬੰਦ ਆ। ਭਾਅ ਜੀ ਹਾਂ, ਤੁਹਾਡੀ ਮਿਹਰਬਾਨੀ, ਕੋਈ ਕਰੋ ਹੋਰ ਕਿਸੇ ਨੂੰ ਮਿਲਾਓ ਭਾਅ ਜੀ। ਮਿਲਾ ਰਹੇ ਤੁਹਾਡੇ, ਇੰਨੇ ਤਲਕ ਆ ਸ਼ਹਿਰ 'ਚ, ਕੀ ਫਾਇਦਾ ਇੰਨੇ ਤਲਕ ਦਾ? ਹੈਲੋ, ਹਾਂ ਗੁਲਫਾਮ ਕਿੱਥੇ? ਅੱਛਾ ਸ਼ਹਿਰੋਂ ਬਾਹਰ ਹੈ। ਮੱਛੀ ਨੂੰ ਮਿਲਾ ਤਾ ਫੋਨ? ਹਾਂ ਗੁਲਫਾਮ ਮੱਛੀ ਨੂੰ ਮਿਲਾ ਤਾ ਫੋਨ? ਨਹੀਂ ਨਹੀਂ, ਗੁਲਫਾਮ ਆਪਣਾ ਐਕਟਰ ਹੈ। ਅੱਛਾ ਅੱਛਾ ਗੁਲਫਾਮ ਭਾਅ ਜੀ। ਆਹੋ, ਅੱਛਾ ਤੇ ਉਹ ਆ ਰਹੇ? ਮੈਂ ਉਹਦੇ ਕੋਲ 1,00,000 ਲੈਣਾ ਵੀ ਸੀ। ਅੱਛਾ, ਉਹ ਐਡਵਾਂਸ ਗਿਆ ਸੀ ਉਹਦੇ ਵੱਲ। ਵੈਰੀ ਗੁੱਡ। ਮੈਂ ਕਿਹਾ ਚਲੋ 60 ਵਾਪਸ ਮੰਗਾ ਲੈਣਾ, ਕਹਿੰਦਾ ਮੈਂ ਸ਼ਹਿਰੋਂ ਬਾਹਰ ਹਾਂ ਅਤੇ ਜਾਇਜ਼ ਕੈਸ਼ ਉਹਦਾ ਬਣਿਆ ਕੋਈ ਨਹੀਂ, ਸਾਡਾ ਵੀ ਲੱਗਦਾ ਫਿਰ ਕੱਖ ਨਹੀਂ ਬਣਨਾ, ਕਿਸੇ ਹੋਰ ਨੂੰ ਕਰੋ ਭਾਅ ਜੀ ਕਾਲ। ਇੱਥੇ ਐਂਡ ਹੀ ਲੱਗਾ ਯਾਰ, ਤੀਜਾ ਨੰਬਰ ਬੰਦ। ਦੁਆ ਕਰ ਫੋਨ ਖੁੱਲ੍ਹਾ ਹੋਵੇ। ਉਹ ਆਪਣੇ 'ਚ ਬੈਲੈਂਸ ਕਰਾ ਲਓ, ਹੋਰ ਕਿਤੇ ਲੱਗਦਾ ਟੇਪ ਹੀ ਚੱਲੀ ਜਾਣ ਡਈ ਹੈ। ਉਹ ਯਾਰ ਉਹ ਜਦੋਂ ਆਉਂਦਾ ਗਿਆ ਆਪਣਾ ਫੋਨ, ਆਪਣਾ ਜੋ ਮਤਲੂਬਾ ਨੰਬਰ ਜੋ ਹੈ ਉਹ ਇਸ ਵਕਤ ਬੰਦ ਹੈ, ਇਹਦਾ ਮਤਲਬ ਹੈ ਕਿ ਇੱਧਰ ਬੈਲੈਂਸ ਹੈਗਾ ਅਤੇ ਬਿੱਲ ਗਈ ਹੈ ਨਾ ਉੱਧਰ। ਨਹੀਂ ਮੈਨੂੰ ਲੱਗ ਰਿਹਾ ਬੀਬੀ ਕਰੇ ਕੋਈ ਕੰਮ ਸ਼ੰਮ ਕਰੇ, ਕੋਈ ਇਹ ਕਹਿ ਰਹੀ ਹੋਣੀ। ਨਹੀਂ ਨਹੀਂ ਮੈਨੂੰ ਕਹਿ ਸਕਦੀ ਹੈ, ਮੈਂ ਲੱਤਾਂ ਨਾ ਪਾਉਂਦੇ ਹਾਂਗਾ, ਮੈਂ ਇਹਨੂੰ ਐਡਾ ਫਰੈਂਕ ਹੀ ਨਹੀਂ ਕੀਤਾ ਹੋਇਆ। ਅੱਛਾ ਜੀ, ਭਾਅ ਜੀ ਕਰੋ ਨਾ, ਟਾਈਮ ਲੰਘੀ ਜਾਣ ਡਿਆ। ਕਰਨਾ ਮੈਂ ਮੈਸੇਜ ਕਰਨਾ ਵਟਸਐਪ ਦੇ ਉੱਤੇ। ਮੈਂ 1.5 ਘੰਟਾ ਹੋ ਗਿਆ, ਮੈਂ ਕਹੀ ਮਾਰਿਆ ਅੱਧੇ ਘੰਟੇ 'ਚ। ਇਹ ਹੁੰਦਾ ਹੀ ਫਰਿਸ਼ਤਾ, ਅੱਲਾਹ ਤਾਲਾ ਨੇ ਫਰਿਸ਼ਤਾ ਹੀ ਭੇਜ ਦਿੱਤਾ। ਆ ਜਾ ਤਸਲੀਮ, ਆ ਜਾ। ਅਸਲਾਮ ਅਲੈਕੁਮ ਜੀ। ਯਾਰ ਬਿਸਮਿਲਲਾਹ ਬਿਸਮਿਲਲਾਹ, ਤੇਰਾ ਮੈਂ ਸੋਚ ਰਿਹਾ, ਤੇਰਾ ਨਾਂ ਲਿਆ ਜੀ, ਇਹ ਮੂੰਹ 'ਚ ਫਿਕਰਾ ਮੇਰੇ। ਕੀ ਹਾਲ? ਠੀਕ ਠਾਕ, ਬਹਿ ਜਾ ਬਹਿ ਜਾ। ਹੈ ਭਾਅ ਜੀ? ਹਾਂ ਮੂੰਹ 'ਚ ਫਿਕਰਾ ਤੇ ਮੈਂ ਕਿਹਾ ਤੂੰ ਆ ਗਿਆ ਮਾਸ਼ਾਅੱਲਾ। ਹੋਰ ਭਾਅ ਜੀ? ਜੀ ਬਿਸਮਿਲਲਾਹ। ਉਹ ਤੇਰੀਆਂ ਗੱਲਾਂ ਕਰਦੇ ਪਏ ਸੀ। ਅੱਛਾ ਅੱਛਾ, ਤੇ ਉਹ ਤੂੰ ਮੈਨੂੰ ਦੱਸਿਆ ਸੀ ਨਾ ਇੱਕ ਵਾਰੀ ਫੋਨ ਦੇ ਉੱਤੇ ਕਿ ਤਾਹਰ ਅੰਜਮ ਜਿਹੜਾ ਭਾਅ ਜੀ ਬੜਾ ਸਿਆਸੀ ਜਮਾਤਾਂ ਨਾਲ ਫਿਰਦਾ। ਆਹੋ, ਮੈਂ ਵੇਖਿਆ, ਮੈਂ ਰੱਕ ਗਿਆ, ਮੈਂ ਕਿਹਾ ਯਾਰ ਇੱਕ ਆਰਟਿਸਟ ਹੈ, ਉਹਦਾ ਆਰਟ ਨਾਲ ਤੱਲਕ ਹੋਣਾ ਚਾਹੀਦਾ, ਸਿਆਸੀ ਦਾ ਕੀ ਮਕਸਦ ਹੈ? ਹਾਂ, ਅਤੇ ਉਹ ਕਰੀ ਕਿਸੇ ਦੇ ਕੰਮ ਕਰਵਾ ਰਿਹਾ, ਕਰੀ ਕਿਸੇ ਦੇ। ਲੇਕਿਨ ਮੈਂ ਤੈਨੂੰ ਗੱਲ ਦੱਸਾਂ ਤਸਲੀਮ, ਇਹ ਜ਼ਮਾਨਾ ਪਤਾ ਕਿਹੋ ਜਿਹਾ ਜੀ, ਤੁਸੀਂ ਜੋ ਬਣ ਕੇ ਫਿਰਨਾ ਨਾ ਲੋਕਾਂ ਨੇ ਉਹਨਾਂ ਦਾ ਤੁਹਾਨੂੰ ਮੰਨ ਲੈਣਾ। ਬਿਲਕੁਲ ਸਹੀ ਗੱਲ, ਸਹੀ ਗੱਲ ਭਾਅ ਜੀ। ਐਵੇਂ ਤੁਸੀਂ ਸ਼ਰੀਫ ਬਣ ਕੇ ਫਿਰੋਗੇ ਨਾ ਤਾਂ ਤੁਹਾਨੂੰ ਦੁਬਾਈ ਹੀ ਜਾਣਗੇ। ਤਾਂ ਭਾਈ ਨੇ ਸਾਡੇ 'ਚ ਕਿਹੜੀ ਕੁਆਲਿਟੀ ਘੱਟ ਆ ਕੇ ਅਸੀਂ ਨਹੀਂ ਬਣ ਸਕਦੇ? ਤੁਹਾਡੇ ਵਰਗੇ ਦੀ ਮੁਹੱਬਤ ਰਹੀ, ਮਾਸ਼ਾਅੱਲਾ ਸੀਨੀਅਰ ਹੋ ਤੁਸੀਂ, ਵੈਸੇ ਵੀ ਪਿਆਰ ਕਰਦੇ ਹੋ, ਅਤੇ ਜਿਹਨੂੰ ਤੁਸੀਂ ਫੋਨ ਕਰਨਾ ਆ ਉਹ ਹਲਕਾ ਤਾਂ ਵੈਸੇ ਕੀਲ ਹੋ ਜਾਣਾ। ਨਹੀਂ ਮੈਂ ਤਾਂ ਆਪਣਾ ਕਈ ਵਾਰੀ ਸੋਚਿਆ ਕਿ ਦੇਖੋ ਨਾ ਕੋਈ ਆਪਣਾ ਫੈਸਲਾ ਬਾਅਦ ਦੇ ਵਿੱਚ, ਕਮ ਅਜ਼ ਕਮ ਤੁਹਾਡੇ ਕੋਲ ਕੋਈ ਇਹੋ ਜਿਹੀ ਮਿਨਿਸਟਰੀ ਹੋਣੀ ਚਾਹੀਦੀ ਹੈ, ਕਮ ਅਜ਼ ਕਮ ਤੁਸੀਂ ਐਕਟਰਾਂ ਵਾਲਾ ਜਿਹੜਾ ਸ਼ੋਭਾ ਉਹਨਾਂ ਕਿਤੇ ਕਵਰ ਕਰ ਲਓ ਨਾ ਤੁਸੀਂ। ਹਾਂਜੀ, ਇਹਨਾਂ ਦਾ ਕੋਈ ਵੱਡਾ ਹੋਣਾ ਚਾਹੀਦਾ ਇੱਥੇ। ਬਿਲਕੁਲ, ਐਕਟਰਾਂ ਤੋਂ ਇਲਾਵਾ ਵੀ ਭਾਵੇਂ ਨਾ ਹਲਕਿਆਂ ਦੇ ਵਿੱਚ ਅਸੀਂ ਕੰਮ ਕਰਵਾ ਸਕਦੇ ਹਾਂ,
कई बंदे उन्होंने सानू कहा यार बिल घट करवा दे, असी बिल घट करवाते, कई फैसले ज कचहरी यानी यही काम होंगे ने होर यही काम ने तो फिर ये हम गल कड़ी रह गई चुप करके अपने पेपर जमा कराओ इलैक्शन सिर से इलैक्शन लड़ो तो भाई इन्हों को कर दो की तरीकाकार उस हिसाब से एक मिनट ठहर जा मैं हूँ ही कर दिना भाई तुम इलैक्शन लड़ो इंशाल्लाह लग भी रहे वेरी गुड हाँ नहीं मूँह मादला भी भाई की हाल चाल ठीक ठाक हो हाँ जी वह मैं थोड़े ना गल की ना नहीं 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 मैं तेरे ना गल की इलैक्शन वाली वो नहीं तो मेहरबानी तुम मुहब्बत है थोड़ी तुम इस काबल समझते हो मैं चाह रहा कि जो फैसलाबाद वाला एरिया ना उन्होंने कवर ना तस्लीम अब्बास करे हाँ जी इलैक्शन के खिलार ने उन्होंने अपना टिकट दे दें इतने फैसलाबाद नहीं अच्छा उत मैं गल कर ला उन्होंने इलैक्शन लड़ लें बट ठीक हो गया ਤੁਸੀਂ ਦੱਸਣਾ ਹਲਕਾ ਗੱਲ ਕੀ ਕਰਨੀ ਕਰੋ ਭਾਈ ਨੂੰ ਹਾਂਜੀ ਮੈਂ ਸਕਿਉਰਟੀ ਫੀਸ ਮੰਗਵਾ ਲੈਂਦਾ ਜੀ ਉਹਨਾਂ ਕੋਲੋਂ ਠੀਕ ਹੋ ਗਿਆ ਠੀਕ ਹੋ ਗਿਆ ਠੀਕ ਹੋ ਗਿਆ ਡਨ ਠੀਕ ਠੀਕ ਤਸਲੀਮ ਵੈਰੀ ਗੁੱਡ ਇੱਕ ਲੱਖ ਰੁਪਈਆ ਮੈਨੂੰ ਸੈਂਡ ਕਰ ਸਕਿਉਰਟੀ ਫੀਸ ਹੋਣਾ ਹੀ ਫਾਰਮ ਤੇਰੇ ਜਮ੍ਹਾਂ ਹੋਣਗੇ ਅਤੇ ਉਸ ਤੋਂ ਬਾਅਦ ਨਾ ਉਹਨਾਂ ਨੇ ਕੁਛ ਗੱਲਾਂ ਕਹੀਆਂ ਨੇ ਉਹਨਾਂ ਕਿਹਾ ਜੀ ਦੇਖੋ ਜਿਹੜਾ ਬੰਦਾ ਕੈਂਡੀਡੇਟ ਹੁੰਦਾ ਨਾ ਜਿਹੜਾ ਇਲੈਕਸ਼ਨ ਲੜਦਾ ਉਹਦੇ 'ਚ ਨਾ ਬਰਦਾਸ਼ਤ ਦਾ ਮਾਦਾ ਬਹੁਤ ਹੋਣਾ ਚਾਹੀਦਾ ਹਾਂਜੀ ਕਿਉਂਕਿ ਹਲਕੇ ਦੇ ਬੰਦੇ ਮਾੜੀ ਚੰਗੀ ਵੀ ਗੱਲ ਕਰਦੇ ਮੁਖਾਲਫ ਇਲਜ਼ਾਮ ਤਰਾਸ਼ੀ ਆਵਾਮ ਆ ਭਾਈ ਨੇ ਜਿਹੜੇ ਹਰ ਸਾਡੇ ਮੁਖਾਲਫ ਉਹਨਾਂ ਨੂੰ ਮੁਖਾਲਫ ਨਹੀਂ ਉਹਨਾਂ ਕਿ ਇੱਕ ਵਾਰੀ ਇਲੈਕਸ਼ਨ ਦਾ ਐਲਾਨ ਹੋ ਗਿਆ ਨਾ ਫਿਰ ਪਿੱਛੇ ਨਹੀਂ ਹਟਣਾ ਨਹੀਂ ਨਹੀਂ ਹਟਣਾ ਕਿਉਂ ਅਸੀਂ ਫਿਰ ਪਿੱਛੇ ਹਟਣ ਦਾ ਮਤਲਬ ਜੁਰਮਾਨਾ ਔਰ ਕੈਦ ਹੈ ਕੈਦ ਕਿੰਨੀ ਆ ਕੈਦ 6-7 ਮਹੀਨੇ ਕੈਦ ਨਹੀਂ ਜੁਰਮਾਨਾ ਜਿਹੜਾ ਦੇਖੋ ਕੈਦ ਤਾਂ 2 ਦਿਨਾਂ ਦੀ ਵੀ ਬੜੀ ਮਾੜੀ ਹੁੰਦੀ ਭਾਈ 6-7 ਮਹੀਨੇ ਇੰਜ ਲੰਘ ਜਾਣੇ ਮਾਸ਼ਾਅੱਲਾ ਜਿਹੜੇ ਭਾਈ ਜਵਾਨ ਨਹੀਂ ਨਹੀਂ ਗੈਰ ਤੂੰ ਕੈਦ ਦਾ ਸੋਚੀ ਜਾਂ ਨਹੀਂ ਕੈਸਾ ਨਹੀਂ ਜਦੋਂ ਉਹਨੇ ਬਹਿਣਾ ਹੀ ਨਹੀਂ ਤਾਂ ਪਾਗ ਲੋ ਇਲੈਕਸ਼ਨ ਦਾ ਸੋਚ ਨਹੀਂ ਨਹੀਂ ਮੈਂ ਵੈਸੇ ਕਹਿ ਰਿਹਾ ਨਾ ਵੀ ਅਗਰ ਤੁਹਾਡੇ 7 ਮਹੀਨੇ ਤਾਰਫ ਤਾਂ ਕਰਾਉ ਕੌਣ ਇਹ ਬੜਾ ਅੱਛਾ ਦੋਸਤ ਮੇਰਾ ਤੇ ਆਪਣਾ ਆਸਫ ਭਾਈ ਦਾ ਕਜ਼ਨ ਹੈ ਤੇ ਉਹ ਮਾਸ਼ਾਅੱਲਾ ਇਹਨਾਂ ਦਾ ਬੜਾ ਹੱਥ ਪੈਂਦਾ ਅਸਰ ਉਸ ਨੂੰ 3 ਭਰਾ ਦੇ ਨੇ ਆਪਣਾ ਐਮਐਨਏ ਨੇ ਅੱਛਾ ਐਮਪੀ ਨੇ ਮੇਰੇ ਭਰਾ ਐਮਐਨ ਹਾਂ ਮੇਰੇ ਭਰਾ ਹਾਂ ਹਾਂ ਮੇਰੇ ਭਰਾ ਐਮਐਨ ਨੇ ਦੋ ਤੀਜਾ ਵੀ ਹੋਣ ਵਾਲਾ ਸੀ ਮੈਂ ਕਹਾ ਲੈਣਾ ਹੋਈ ਤੂੰ ਠਹਿਰ ਜਾ ਐਮਐਨ ਨੇ ਹੋਣ ਲੱਗਾ ਸੀ ਉਹ ਵੀ ਦੋ ਭਰਾ ਐਮਐਨ ਆ ਜੋ ਤਾਇਆ ਜੀ ਬਿਮਾਰ ਹੋ ਗਏ ਸੀ ਮੈਂ ਕਿਹਾ ਤੂੰ ਹਾਲੇ ਨਾ ਹੋ ਐਮਐਨ ਵੱਡੀਆਂ ਸਿਆਸੀ ਪਾਰਟੀਆਂ ਸਾਰੀਆਂ ਇਹਨਾਂ ਦੇ ਘਰਾਂ ਦੀ ਮੀਟਿੰਗਾਂ ਹੁੰਦੀਆਂ ਹਾਂ ਜੀ ਮੇਰਾ ਇਹਨਾਂ ਦਾ ਮਾਸ਼ਾਅੱਲਾ ਆਪਣਾ ਖੁਸ਼ੀ ਹੋਈ ਤੁਹਾਡੇ ਨਾਲ ਮਿਲ ਗਿਆ ਅੱਜ ਜਦੋਂ ਪਿਛਲੇ ਦਿਨਾਂ ਜਿਹੜਾ ਆਪਣਾ ਸਲਾਬ ਆਇਆ 45-46 ਟਰੱਕ ਇਹਨਾਂ ਨੇ ਆਪਣਾ ਰਾਸ਼ਨ ਦੇ ਦਿੱਤੇ ਰਾਸ਼ਨ ਦੇ ਮਾਸ਼ਾਅੱਲਾ ਇਹਨਾਂ ਦੇ ਘਰੋਂ ਗਏ ਨੇ ਮਾਸ਼ਾਅੱਲਾ ਹਾਂ ਅਨੰਦ ਕੋਲ ਹਾਂ ਵੈਰੀ ਗੁੱਡ 60,000 ਰੁਪਏ ਦਾ ਇੱਕ ਇੱਥੇ ਥੈਲਾ ਦਿੱਤਾ ਇਹਨਾਂ ਨੇ ਬੜੀ ਗੱਲ ਬੜੀ ਗੱਲ 60,000 ਅਸਰ ਨਗਦੀ ਵੀ ਪਾ ਕੇ ਨਾ 5,000 ਨਗਦੀ ਵੀ ਨਾਲ ਲਿਫਾਫੇ ਪਾਏ ਕੀ ਲਾਈਨਾਂ ਦੁਨੀਆ ਤੇ ਕੀ ਪ੍ਰੋਸੀਜਰ ਕੀ ਹੈ ਪ੍ਰੋਸੀਜਰ ਇਹ ਵੀ ਕਹਿੰਦੀ ਹੈ ਕਿਤੇ ਪਿੱਛੇ ਨਹੀਂ ਹਟਣਾ ਪਿੱਛੇ ਹਟਦੇ ਹੋ ਤਾਂ ਤੁਹਾਨੂੰ ਪੈਸੇ ਦੇਣੇ ਪੈਣਗੇ ਠੀਕ ਹੈ ਜੁਰਮਾਨਾ ਹੋਏਗਾ ਕੈਦ ਹੋਏਗੀ ਅਤੇ ਜਿਹੜਾ 100,000 ਸਕਿਉਰਟੀ ਨਹੀਂ ਹੈ ਨਾ ਇਹ ਨਾਕਾਬਲੇ ਵਾਪਸੀ ਹੈ ਤੁਸੀਂ ਇਲੈਕਸ਼ਨ 'ਤੇ ਖਲੋਤੇ ਮਿਲ ਜਾਏਗਾ ਤੁਹਾਨੂੰ ਠੀਕ ਹੈ ਨਹੀਂ ਉਹ ਮੈਂ ਫਿਰ ਸੈਂਡ ਕਰਨਾ ਉਹਨਾਂ ਨੂੰ ਮੈਨੂੰ ਤੂੰ ਆਪਣਾ ਮੋਬਾਈਲ ਉਹ ਵੀ ਮੈਨੂੰ ਘਰ ਜਾਣਾ ਪੈਣਾ ਆ ਕਿਉਂਕਿ ਜਦ ਫਿਰ ਐਪ 'ਚੋਂ ਲੈ ਲਓ ਐਪ 'ਚੋਂ ਦੇ ਦੇਣਾ ਮੈਨੂੰ ਐਪ 'ਚੋਂ ਸੈਂਡ ਕਰ ਦੇ ਅਤੇ ਕੈਸ਼ ਨਹੀਂ ਕਰ ਦਿੰਦਾ ਭਾਅ ਜੀ ਕੈਸ਼ ਮੈਨੂੰ ਕਰਨਾ ਨਹੀਂ ਆਉਂਦਾ ਹੈਗਾ ਹੈ ਐਪ 'ਚੋਂ ਕਰਨਾ ਨਹੀਂ ਆਉਂਦਾ ਮੈਨੂੰ ਮੈਨੂੰ ਦੇ ਉਰਾ ਭਾਜੀ ਮੈਂ ਐਪ ਖੋਲ ਦਿੰਦਾ ਤੇ ਆਪਣੇ ਲਈ ਵੀ ਵੀਕ ਕਰ ਲਿਓ ਆਪਣਾ ਕੋਡ ਮਿਲਾ ਦੇ ਤੇਰਾ ਤੇਰਾ ਜਿਹੜਾ ਵੀ ਹੈ ਕੀ ਗੱਲ ਭਾਅ ਜੀ ਗੱਲਾਂ ਰੱਖ ਲੈ ਐਡਾ ਕਰ ਦਿੰਦਾ ਨਹੀਂ ਗੱਲਾਂ ਨਹੀਂ ਅੱਛਾ ਇਹ ਪਰ ਕੀ ਲਿਖਿਆ ਤੁਸੀਂ ਕੀ ਕੋਡ ਆ ਭਾਅ ਜੀ ਜਲਦੀ ਕਰੋ ਮੈਨੂੰ ਵੀ ਫੋਨ ਆਈ ਜਾਣ ਡਏ ਆ ਪਹੁੰਚ ਗਿਆ ਤੁਹਾਨੂੰ ਆ ਗਿਆ ਮੈਨੂੰ ਆ ਗਿਆ ਆ ਗਿਆ ਤੁਸੀਂ ਵੀ ਪਹੁੰਚ ਗਏ ਸਮਝੋ ਫਿਰ ਤੇਰਾ ਕੀ ਕਹਾਂ ਗੈਸ ਕੈਸ਼ ਬਣਿਆ ਤੇਰਾ ਹਾਂਜੀ ਭਾਅ ਜੀ ਮੈਂ ਲੱਖ ਉਧਰ ਸੈਂਡ ਕਰ ਦਿੰਦਾ 60 ਮੈਂ ਤੈਨੂੰ ਕਰ ਦਿੰਦਾ ਇਹਨਾਂ ਨੂੰ 60 ਕਰਾ ਕਰਨਾ ਪਿਆ ਉਹ ਮੇਰਾ ਇਹਦਾ ਹਿਸਾਬ ਤੇਰਾ ਲੱਖ ਉਧਰ ਗਿਆ ਤੁਹਾਡਾ ਲੱਖ ਤੇ ਟੁੱਟ ਲੱਖ ਉਧਰ ਗਿਆ ਤੁਹਾਡਾ ਤੇ ਬਾਕੀ ਭਾਅ ਜੀ ਤੁਸੀਂ ਅੱਛੇ ਲੱਗੋਗੇ ਇਲੈਕਸ਼ਨ ਦੇ ਖਲੋਤੇ ਬਸ ਜੀ ਅੱਲਾ ਪਾਕ ਦਾ ਨਿਜ਼ਾਮ ਹੈ ਇਹ ਬੈਠੇ ਨਹੀਂ ਨਾ ਲੱਗਦੇ ਅਤੇ ਕੋਸ਼ਿਸ਼ ਇਹ ਹੈ ਕਿ ਵੀ ਮੇਰੀ ਇਹਨਾਂ ਆਵਾਮ ਦੀ ਖਿਦਮਤ ਕਰਾਂ ਵੈਰੀ ਗੁੱਡ ਠੀਕ ਹੈ ਅਤੇ ਆਪਣੇ ਹਲਕੇ ਨੂੰ ਤਸਕੀਨ ਦੇ ਸਕਾਂ ਚੈੱਕ ਕਰ ਮੈਸੇਜ ਆ ਗਿਆ ਆ ਗਿਆ ਭਾਅ ਜੀ ਭਾਈ ਨੇ ਤੁਸੀਂ ਉਹਨਾਂ ਨੂੰ ਨਹੀਂ ਸੀ ਦੇਣਾ ਲੱਖ ਰੁਪਏ ਉੱਧਰ ਮੈਂ ਲੱਖ ਸੈਂਡ ਕਰਤਾ ਮੈਂ ਚਾਹੇ ਆਪਣਾ 60 ਇਹਨੂੰ ਕਰ ਦਿੱਤਾ ਆਪਣੇ ਕੋਲੋਂ ਆਪਣੇ ਕੋਲੋਂ ਹਾਂਜੀ ਚਲੋ ਭਾਅ ਜੀ ਲਵ ਯੂ ਬੈਲੈਂਸ ਰਹਿ ਗਿਆ ਭਾਅ ਜੀ ਲਵ ਯੂ ਤੁਹਾਡਾ ਵੀ ਕੀ ਨਾਂ ਤੁਹਾਡਾ ਭਾਅ ਜੀ ਠੀਕ ਹੈ ਤਸਲੀਮ ਅਬਾਸ ਅੱਛਾ ਮੇਰੀ ਗੱਲ ਸੁਣੋ ਆਪਾਂ ਨਾ ਇਲੈਕਸ਼ਨ ਦੀਆਂ ਜਿੰਨੀਆਂ ਵੀ ਖਿਦਮਤ ਨੇ ਨਾ ਸੋਹਣੀ ਕੋਲ ਲੈਣੀਆਂ ਨੇ ਭਾਅ ਜੀ ਮੈਂ ਦਾਬੇ ਦਾ ਤਕਰੀਰਾਂ ਇਹ ਆਪਣੇ ਭਰਾਵਾਂ ਦੀਆਂ ਤਕਰੀਰਾਂ ਇਹ ਲਿਖਦਾ ਹਾਂ ਨਾਰੇ ਇਹ ਬਣਾਉਂਦਾ ਉਹਨਾਂ ਦੇ ਹਲਕੇ ਦੇ ਬੰਦਿਆਂ ਨੂੰ ਜਾ ਕੇ ਹੈਂਡਲ ਕਰਦਾ ਸਾਰਾ ਤਾਂ ਠੀਕ ਹੈ ਭਾਅ ਤੁਸੀਂ ਜ਼ਰਾ ਮੇਰੇ ਨਾਲ ਰਹਿਣਾ ਮੈਂ ਤੁਹਾਡੇ ਨਾਲ ਆ ਭਾਅ ਜੀ ਇਹਨਾਂ ਦਾ ਬੈਨਰ ਵੀ ਮੈਂ ਛਪਾਉਂਗਾ ਲੈ ਫਲੈਕਸਾਂ ਹਾਂ ਪਬਲਿਸਿਟੀ ਪੂਰੀ ਸ਼ਰਚ ਅੱਛਾ ਮੇਰੀ ਗੱਲ ਸੁਣ
ਭਾਵੇਂ ਨੂੰ ਕਹਿ ਕੇ ਨਾ ਫਲੈਕਸ ਤੇ ਬੈਨਰ ਜਿਹੜਾ ਨਾ ਇਹਨਾਂ ਦਾ 1 ਰੁਪਿਆ ਨਹੀਂ ਲੱਗਣਾ ਚਾਹੀਦਾ ਨਹੀਂ ਨਾ ਕੋਲੋਂ ਕਰਵਾ ਦੇਣ ਕੋਲੋਂ ਬਸ ਸੈਂਡ ਕਰ ਦੇਣਗੇ ਜਦੋਂ ਉਹਦੇ ਬਾਰੇ ਹਲਕੇ 'ਚ ਅਸੀਂ ਉਹਨਾਂ ਨੂੰ ਤੁਸੀਂ ਕਹਿਣਾ ਕਿ ਤੁਹਾਡੇ ਹਲਕੇ 'ਚ ਬੜੀਆਂ ਸਪੋਰਟਾਂ ਕੀਤੀਆਂ ਅਸੀਂ ਮਾਰਾਂ ਖਾਧੀਆਂ ਨੇ ਅਸੀਂ ਨਹੀਂ ਅਸੀਂ ਤਾਂ ਬੰਦਾ ਨਾ ਤਾਂ ਕਿ ਜਦੋਂ ਨਵਾਂ ਬੰਦਾ ਆਵੇ ਉਹਨੂੰ ਵੀ ਸਪੋਰਟ ਹੋਣੀ ਚਾਹੀਦੀ ਹਾਂ ਬਸ ਠੀਕ ਹੈ ਬੈਨਰ ਤੇ ਭਾਈ ਇਹਨਾਂ ਦੀ ਤਸਵੀਰ ਹੋ ਗਈ ਨਾਲ ਇਹਦਾ ਇੰਤਖਾਬੀ ਨਿਸ਼ਾਨ ਹੋਏਗਾ ਇੰਤਖਾਬੀ ਨਿਸ਼ਾਨ ਵੈਰੀ ਗੁੱਡ ਹਾਂ ਇੰਤਖਾਬੀ ਨਿਸ਼ਾਨ ਇਹਨਾਂ ਦਾ ਰੱਖਣਾ ਚੂਹਾ ਚੂਹਾ ਕਿਉਂ ਚੂਹਾ ਭਾਈ ਨੇ ਕਿਹੜਾ ਇੰਤਖਾਬੀ ਨਿਸ਼ਾਨ ਆ ਭਾਈ ਮੈਂ ਉਹ ਨਹੀਂ ਯਾਰ ਸਾਰੇ ਚੂਹੇ ਲੈ ਕੇ ਕ੍ਰੇਟਾ 'ਚ ਫਿਰੀ ਯਾਰ ਨਹੀਂ ਬੁਰੀ ਗੱਲ ਹਾਂ ਮੋਹਰ ਲਾਣ ਗਿਆ ਚੂਹੇ ਦੇ ਮੋਹਰ ਲਾਏ ਐਂ ਕਰਕੇ ਕਰੇ ਚੂਹਾ ਟੁਰ ਪਏ ਤੇ ਮੋਹਰ ਕਿਸੇ ਹੋਰ ਤੇ ਲੱਗ ਜਾ ਨਾਲੇ ਭਾਈ ਨੇ ਪਾਕਿਸਤਾਨੀ ਆਵਾਮ ਹੈ ਇਹਨਾਂ ਨੂੰ ਐਵੇਂ ਚੂਹੇ ਲਈ ਫਿਰਨਾ ਹੈ ਕਿਸੇ ਨੇ ਜਰਾਬਾਂ 'ਚ ਪਾ ਕੇ ਫਿਰਨ ਡਿਆ ਕੋਈ ਡੱਬੇ 'ਚ ਮੈਨੂੰ ਪਤਾ ਇਹਨਾਂ ਦੀ ਸ਼ਰਾਰਤ ਉਧਰ ਤਕਰੀਰ ਦਾ ਟਾਈਮ ਉਧਰੋਂ ਜੀ ਜੇ ਚੂਹੇ ਮੈਨੂੰ ਮਾਰਨ ਲੱਗ ਪਣ ਨਾ ਮੈਂ ਉਹਨਾਂ ਨੂੰ ਰੋਕ ਸਕਦਾ ਨਾ ਮੈਂ ਕਹਿ ਸਕਦਾ ਉੱਥੇ ਚੂਹਾ ਛੂਹ ਹੋਈ ਹੋਵੇ ਹਾਂ ਇਹ ਸਿਆਣੇ ਕਹਿੰਦੇ ਚੂਹਾ ਕਿਸੇ ਕਰਨਾ ਹੋਊਗਾ ਲੇਕਿਨ ਇਹਨਾਂ ਦਾ ਹੋਏਗਾ ਕਿਉਂ ਇਹ ਪੂਛ ਤੋਂ ਫੜ ਕੇ ਵੀ ਕਮਾ ਸਕਦੇ ਆ ਔਰ ਕੱਡੇ ਅੱਛੇ ਲੱਗੂਗੇ ਮਿਸਾਲ ਗਰਮੀ 'ਚ ਪਸੀਨਾ ਆ ਗਿਆ ਚੂਹਾ ਫੜ ਕੇ ਕਮਾ ਲਓ ਉਹ ਵੀ ਸਿਖਾਏਗਾ ਲੋਕੀ ਦੂਰੋਂ ਹੀ ਸਮਾਂ ਸਦਕਾ ਦੇ ਰਿਹਾ ਆਪਣਾ ਹਾਂਜੀ ਚੂਹਾ ਆ ਕੁੱਤਾ ਨਹੀਂ ਹੈਗਾ ਇਹ ਕੁੱਤਾ ਆ ਜੀ ਬਚਪਨ ਦੇ ਵਿੱਚ ਭਾਵੇਂ ਲੰਘਣਾ ਤੇ ਕੁੱਤਾ ਜਿਹੜਾ ਬਹੁਤਾ ਪੈਣਾ ਔਨ ਮੂੰਹ ਹੋਣਾ ਤੇ ਕੁੱਤਾ ਚੁੱਕ ਕੇ ਮਾਰ ਦੇਣਾ ਅੱਛਾ ਆਪਾਂ ਨਾ ਤੇਰੇ ਦਾ ਗੱਲਾਂ ਸੁਣਾਣੀਆਂ ਆ ਲੋਕੀ ਹੱਸਣਗੇ ਲੇਕਿਨ ਮਗਾ ਲੈਂਦੇ ਨਾ ਗੱਲਾਂ ਚੂਹਾ ਨਹੀਂ ਕੋ ਹੋਰ ਇੰਤਖਾਬ ਨਹੀਂ ਯਾਰ ਇਹ ਕੰਮ ਗੱਲ ਹੈ ਪਤਾ ਬੈਨਰ ਤੋਂ ਚੂਹਾ ਤੇ ਨਾਲ ਇਹਨਾਂ ਦੀ ਫੋਟੋ ਬਣਾਓ ਤੁਸੀਂ ਲਿਖਦੇ ਹੋ ਇੰਤਖਾਬੀ ਨਿਸ਼ਾਨ ਤਸਲੀਮ ਤੇ ਅੱਗੇ ਨਾਲ ਚੂਹਾ ਲਾ ਦੇ ਆਹੋ ਉਹ ਭਾਅ ਜੀ ਜਾਣ ਦਿਓ ਤੁਹਾਡੀ ਮਿਹਰਬਾਨੀ ਹੈ ਇੱਦਾਂ ਨਾ ਕਰ ਲਈ ਭਾਅ ਜੀ ਵੀ ਧਾੜੇ ਨਾ ਹੋਵੇ ਉੱਤੇ ਫੋਟੋ ਚੂਹੇ ਦੀ ਮੂੰਹ ਦੀ ਜਗ੍ਹਾ ਤੇ ਨਹੀਂ ਉਹ ਛੋਟਾ ਲੱਗੇ ਉਹ ਇਹ ਬੜੇ ਭਾਅ ਜੀ ਇਹਨਾਂ ਨੇ ਬੜੇ ਤੇਜ਼ ਇਹਨਾਂ ਨੇ ਨਾਜ਼ਾਂ 'ਚ ਉਂਗਲਾਂ ਮਾਰਨੀ ਸ਼ੁਰੂ ਹੋ ਜਾਣੀ ਹੈ ਅੱਛਾ ਹੁਣ ਇੱਕ ਹੋਰ ਵੀ ਗੱਲ ਆ ਕਿ ਹਲਕੇ 'ਚ ਨਾ ਛੋਟੇ ਛੋਟੇ ਕੰਮ ਵੀ ਕਰਾਉਣੇ ਪੈਣੇ ਨੇ ਅਤੇ ਉਹ ਨਾ ਹੁਣ ਤੂੰ ਹੁਣੇ ਤੋਂ ਪ੍ਰੈਕਟਿਸ ਸ਼ੁਰੂ ਕਰ ਦੇ ਉਹਨਾਂ ਦੀ ਨਹੀਂ ਉਹ ਮੈਂ ਇਨਸ਼ਾਅੱਲਾ ਭਾਅ ਜੀ ਤਕਰੀਰ ਜਿਹੜੀ ਕਰਨੀ ਨਾ ਖਲੋ ਕੇ ਉਸ ਤਕਰੀਰ 'ਤੇ ਅਮਲ ਕਰਨਾ ਹੁੰਦਾ ਕਿ ਜਿਹੜੇ ਕੈਂਡੀਡੇਟ ਜਿਹੜੇ ਨੇ ਨਾ ਇਹ ਬਾਅਦ 'ਚ ਗਾਲਾਂ ਪਰ ਲੱਗੀਆਂ ਪੈਂਦੀਆਂ ਕਿ ਜਿਹੜੀਆਂ ਵੱਡੀਆਂ ਗੱਲਾਂ ਕਰ ਬੈਠਦੇ ਨੇ ਨਾ ਉਸ ਤੋਂ ਬਾਅਦ ਪੂਰਾ ਨਹੀਂ ਉਤਰਦੇ ਪਹਿਲੇ ਅਸੀਂ ਗੱਲਾਂ ਹੀ ਉਹ ਕਰਨਗੇ ਜਿਹੜੇ ਸਾਡੇ ਔਕਾਤ ਦੇ ਮੁਤਾਬਕ ਅੱਲਾ ਤੇਰਾ ਭਲਾ ਕਰੇ ਜਿਹੜਾ ਕੰਮ ਕਰਦੇ ਵੱਡੀ ਗੱਲ ਅਸੀਂ ਕਰਨੀ ਨਹੀਂ ਹਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਦੋਸਤੋ ਮੇਰੇ ਭਰਾਓ ਇਹ ਮੇਰੀ ਮੱਲੇਦਾਰੀ ਹੈ ਮੇਰੀ ਇੱਥੇ ਦੀ ਜੰਮ ਪਲ ਹਾਂ ਠੀਕ ਹੈ ਕਿ ਨਹੀਂ ਮੈਂ ਅਗਰ ਤੁਹਾਡੇ ਕੰਮ ਆਵਾਂ ਤਾਂ ਮੇਰੀ ਇਬਾਦਤ ਆ ਬਿਲਕੁਲ ਸਹੀ ਗੱਲ ਹੈ ਕਿ ਨਹੀਂ ਸ਼ਾਬਾਸ਼ ਤੇ ਤੁਹਾਡਾ ਜਿਹੜਾ ਕੋਈ ਕੰਮ ਮਸਲਾ ਮਸਾਇਲ ਹੋਵੇ ਕੋਈ ਵੀ ਛੋਟਾ ਮੋਟਾ ਮੇਰੀ ਹਸੀਅਤ ਦੇ ਮੁਤਾਬਕ ਉਹ ਤੁਸੀਂ ਮੈਨੂੰ ਦੱਸ ਸਕਦੇ ਉਹ ਮੈਂ ਮਸਲੇ ਹੱਲ ਕਰਾਂਗਾ ਠੀਕ ਹੈ ਔਰ ਕੋਸ਼ਿਸ਼ ਕਰਾਂਗਾ ਤੁਹਾਡੇ ਦਿਲ ਜਿੱਤਣ ਦੀ ਸਾਹਮਣੇ ਜਿੰਨੇ ਬੰਦੇ ਬੈਠੇ ਨੇ ਨਾ ਇਕੱਲੇ ਇਕੱਲੇ ਨੂੰ ਕਹਿਣਾ ਬਈ ਕਿਸੇ ਦਾ ਘਰ ਦਾ ਕੋਈ ਮਸਲਾ ਹੋਵੇ ਵੀ ਦਹੀਂ ਨੂੰ ਮੰਗਵਾਉਣਾ ਤੁਸੀਂ ਮੇਰੇ ਕੋਲ ਮੰਗਵਾਉਣਾ ਨਹੀਂ ਨਹੀਂ ਦਹੀਂ ਦਹੀਂ ਚਲੋ ਮਸਲਿਆਂ ਦੀ ਹੈ ਵੀ ਇਹਨਾਂ ਦੀ ਕੰਪੇਨ ਮੈਂ ਕਰਾਂਗਾ ਭਾਈ ਡੋਰ ਟੂ ਡੋਰ ਇਕੱਲਾ ਇਕੱਲਾ ਬੂਹਾ ਮੈਂ ਖੜਕਾਊਂਗਾ ਵੋਟਾਂ ਤੁਹਾਡੀਆਂ ਮੈਂ ਇੰਜ ਧੂਵਾਂਗਾ ਜਿੱਦਾਂ ਬਿੱਲੀ ਧੂਈ ਦੀ ਬੇਫਿਕਰ ਹੋ ਜਾਓ ਇਹ ਤੁਹਾਡਾ ਮੇਰਾ ਭਾਜੀ ਵਾਦਾ ਹਾਂ ਠੀਕ ਹੋ ਗਿਆ ਮਸਾਲ ਮੱਲੇ 'ਚ ਕਿਸੇ ਦਾ ਗਟਰ ਟੁੱਟਿਆ ਹੋਵੇ ਉੱਥੇ ਜਾ ਕੇ ਨਾ ਤਿੰਨ ਇੱਟਾਂ ਵੀ ਲੱਗਦੀਆਂ ਨੇ ਨਾ ਢੱਕਣ ਚੁੱਕ ਕੇ ਆਪਣੇ ਹੱਥਾਂ ਨਾਲ ਲਾਣੀਆਂ ਨੇ ਸੀਮਟ ਪਾ ਕੇ ਇੱਟਾਂ ਲਾ ਕੇ ਉੱਤੇ ਢੱਕਣ ਰੱਖ ਕੇ ਉੱਥੇ ਅਸੀਂ ਲਿਖਾਂਗੇ ਸੰਗੇ ਬੁਨਿਆਦ ਤਸਲੀਮ ਲੈ ਭਾਈ ਨੇ ਇਹ ਕਿਹੜੀ ਗੱਲ ਆ ਉਹ ਭਾਜੀ ਗਟਰ ਦਾ ਇੱਡਾ ਕੰਮ ਤਾਂ ਨਹੀਂ ਨਾ ਹੁੰਦਾ ਮੈਂ ਹੁਣ ਤਿੰਨ ਇੱਟਾਂ ਵਾਸਤੇ ਭਾਈ ਨੇ 2 ਪੀਸ ਪਾ ਕੇ ਜਾਊਂਗਾ ਪਰਫਿਊਮ ਲਾ ਕੇ ਜਾਊਂਗਾ ਤਿੰਨ ਇੱਟਾਂ ਰੱਖਣੀਆਂ ਉਹ ਹੁੰਦਾ ਬਣਿਆ ਹੁੰਦਾ ਸਲੇਟ ਬਣੀ ਹੁੰਦੀ ਆਹੋ ਉਹ ਸੀਮਟ ਦੀ ਉਹਨਾਂ ਨੇ ਲਾਉਣੀ ਹੁੰਦੀ ਹੈ ਸਿਰਫ ਮੈਂ ਕਰਕੇ ਹੱਥ ਲਾਉਣਾ ਉਹਨਾਂ ਨੇ ਉਹ ਗੱਡ ਆਲਰੇਡੀ ਲਿਖਿਆ ਹੋਇਆ ਨਾ ਦੇਖੋ ਆਪਾਂ ਛੋਟੇ ਛੋਟੇ ਕੰਮਾਂ ਤੋਂ ਸ਼ੁਰੂ ਹੋਵਾਂਗੇ ਆਪਾਂ ਵੱਡੀ ਇਮਾਰਤ ਨਹੀਂ ਬਣਾ ਸਕਦੇ ਭਾਈ ਉਹ ਗੱਡਰ 'ਚ ਬੜਾ ਮਸਲਾ ਬਣਦਾ ਵਾ ਰਾਤ ਨੂੰ ਨਾ ਅਕਸਰ ਮੋਟਰਸਾਈਕਲ ਤੋਂ ਬੰਦੇ ਡਿੱਗ ਪੈਂਦੇ ਆ ਤੇ ਤੁਸੀਂ ਕੀ ਕਰਨਾ ਵਾ ਰਾਤ ਨੂੰ ਗੱਡਰ 'ਤੇ ਮੰਜੀ ਡਾ ਕੇ ਸੌ ਜਾਣਾ ਤਾਂ ਕਿ ਗੱਡਰ 'ਚ ਨਾ ਡਿੱਗੇ ਸੁਬਹ 5 ਵਜੇ ਮੰਜੀ ਡਾ ਕੇ ਗੱਡਰ 'ਚ ਤਾਂ ਕੈਸੀ ਗੱਲ ਕਰ ਨਹੀਂ ਗੱਡਰ ਦੇ ਵਿੱਚ ਪੈਸੇ ਜੋੜੇ ਆ ਕੋਈ ਉੱਤੇ ਲੱਗ ਗਿਆ ਗਲਤ ਗੱਲ ਤਾਂ ਨਾ ਕਰੋ ਵੀ ਗੱਡਰ 'ਚ ਪੈਸੇ ਜੋੜੇ ਨਹੀਂ ਤੂੰ ਗੱਲ ਨਹੀਂ ਸਮਝਿਆ ਤਸਲੀਮ ਉਹ ਕਹਿ ਰਿਹਾ ਕਿ ਮਸਲਾ ਦੇ ਤੌਰ 'ਤੇ ਨਾ ਥੱਲੇ ਆ ਗੱਡਰ ਹੈਗਾ ਹਾਂ ਫਰਜ਼ ਕੀਤਾ ਥੱਲੇ ਗੱਡਰ ਹੈ ਇਹ ਉੱਤੇ ਮੰਜੀ ਪਈਗੀ ਹਾਂ ਤਾਂ ਕਿ ਇੱਧਰ ਜਿਹੜਾ ਬੰਦਾ ਜਾਂ ਬੱਚਾ ਆਵੇ ਉਹ ਮੰਜੀ ਤੋਂ ਇੱਧਰ ਜਾਏ ਗੱਡਰ 'ਚ ਨਾ ਡਿੱਗੇ ਹਾਂ ਉੱਤੇ ਮੰਜੀ ਪਈ ਇੱਕ ਰਾਤ 2 ਰਾਤਾਂ ਦੀ ਗੱਲ ਹੈ ਮੈਂ ਸੋਣਾ ਆ ਉੱਤੇ ਗੱਡਰ 'ਤੇ ਫਿਰ ਗਲਤ ਗੱਲ ਤਾਂ ਨਾ ਤੁਸੀਂ ਕਰੋ ਮੈਂ ਕਿ ਸੋਣਾ ਉੱਥੇ ਇਹਦੇ ਨਾਲ ਹੋਣਾ ਕੀ ਹੈ ਕਿ ਪੂਰੀ ਦੁਨੀਆ ਦੇ ਉੱਤੇ ਵਾਇਰਲ ਹੋ ਜਾਣਾ ਪੂਰੀ ਦੁਨੀਆ ਨੇ ਕਹਿਣਾ ਦੇਖੋ ਯਾਰ ਇੱਕ ਬੰਦਾ ਆਵਾਮ ਦੀ ਕਿਵੇਂ ਖਿਦਮਤ ਕਰਦਾ ਪਿਆ ਉਹਨੇ ਕਿਸੇ ਦੇ ਯਕੀਨ ਨਹੀਂ ਕੀਤਾ ਆਹ ਮੰਜੀ ਡਾਲੀ ਉੱਤੇ ਕਾਮਯਾਬੀ ਤੁਹਾਡੇ ਕਦਮ ਚੁੰਮੇਗੀ ਭਾਈ ਜੀ ਦੋ ਦਿਨ ਸਿਰਫ ਨਾ ਸਾਰੀ ਜ਼ਿੰਦਗੀ ਦਾ ਹੋ ਜਾਣਾ ਉਹ ਭਾਈ ਨੇ ਬਹੁਤ ਆਉਣੀ ਕਿ ਗੱਟਰ ਦੇ ਵਿੱਚ ਕਿਹੜੇ ਸੁਨਿਆਰੇ ਬੈਠੇ ਆ ਜੇ ਗੱਟਰ ਦੇ ਵਿੱਚ ਕੋਈ ਪਰਫਿਊਮਰ ਦੀ ਦੁਕਾਨ ਆ ਜਾਂ ਕੱਪੜੇ ਦੀ ਦੁਕਾਨ ਆ ਹੈ ਤਾਂ ਗੱਟਰ ਹੀ ਆ ਯਾਰ ਆਪਣੇ ਜਿੰਨੇ ਵਜ਼ੀਰਾਲਾ ਹੋਏ ਸਾਰੇ ਵੱਡੇ ਬੂਟ ਪਾ ਕੇ ਪਾਣੀ 'ਚ ਉਤਰਦੇ ਨੇ ਉਹਨਾਂ ਨੇ ਉਹ ਸਲਾਬ ਦਾ ਪਾਣੀ ਹੁੰਦਾ ਜਿੱਦਾਂ ਰੇਲਾ ਆ ਗਿਆ ਤੇ ਉਹ ਵੀ ਭਾਜੀ ਦਾਦ ਲੈਣ ਦੀ ਖਾਤਰ ਕਰਦੇ ਆ ਕਦੋਂ ਦਿਲੋਂ ਕਰਦੇ ਅਸੀਂ ਦਿਲੋਂ ਕਰਨਾ ਮੈਂ ਖੁਦ ਕੰਮ ਕਰਨੇ ਆ ਮੈਂ ਕਿਸੇ ਕੋ ਕਰਾਉਣਾ ਨਹੀਂ ਹੈ ਮੈਂ ਵੀ ਇਹੀ ਕਹਿ ਰਿਹਾ ਤਸਲੀਮ ਦਿਲੋਂ ਨਾ ਕਰ ਹੱਥ
ठंडी हवा गटर ते नहीं आएगी, टूस्ट मक्का ऐसा आएगा चौकस रहेगी तबीयत, अखां खुल के रहणगियां। और अगली गल को यार खलो डेक खराब हो अच्छा मैं ये कहना कि मैं फर्ज करो मैं जो इलेक्शन जीतना है तो मेरे भी तो रखे बंदे होने ही है ना नाल। तुहाडे बंदे होणगे नाल, तुसीं की कम करना बंदियां ते डिपेंड नहीं करना, बंदे कम करते खराब। कोई बंदा कहे जी साडा गटर बंद है, आप सरिया बाल्टी चुकनी नाल बोरी वाला बांस लैना, आप जाना उत्थे लोगों को खोई जाना, हालांकि तुहानू किसी ने करन नहीं देना, तू लोगों को खोई जाना, नहीं मैं आप खोलांगा, दिलां च घर बनना इस तरह। भाई नूं फर्ज करो मैं टाट जां बन्ने आया जां बाल्टी ले गटर वो कित मैं तो दिखलावा कि मैं कटना है, वो कहने चलो कट दो फिर नहीं मुंडे अपने हो गए तुम जो गटर के कोल जाना ना या तू गटर को जाके नहीं करके पहला बांस मारना उन्होंने मुंडे ने छाल मार दिया जी। मैं जो चोरी साहब की करना है, चोरी साहब की करन डे हो जो इदा का टाइम उन्होंने मुंडा कोई सिगरट लैन चल जाता हों कोई किसी के नाल निकल मैं पता है उदू जाने नहीं जो सिगरटा की तरह जो मैं बंदा कहना कि भी ये गटर कटो गटर कटा ही है। हाय हाय तुसी गल नहीं सब समझाओ पूरा, तुसी बाल्टी इंज फरनी गटर कटन लगा जिहड़ा गटर दी धार कढ़न चले ऐ करके ऐ बट गोका गटर ऐ गोका गटर ऐ ताड़ी खैर होगी बाल्टी रखदे सर जिहड़ी गेंद निकली वो भी ताड़ी है भाई ये ज़ेहन च रखना हाँ। वो फुटबॉल लिख पे किसी का टीपा निकला वो तुहाडा सारा किसी ने गिलास भी निकला दा पित्तल सिल्वर दा हां वो भी आ यार मैं एडा लम्मा चौड़ा काम नहीं करना यार कैसा बंदा तेरा ही ख्याल मैं कच्चा पाग मैं तो बड़ी गया ना बिच नहीं कच्चा मैं हां भी मैं विचों गेंदा भी कढ लिया दी सिल्वर दा गिलास भी कढ लिया दा सैंडल भी कढ लिया दे ठीक है काम यार मैं जीत के पैसे ला के तो मैं हूं ये काम करना कच्चा पाया तो मैं गटर चू बढ़ रहे चलो ये काम ना करो खिदमत करना खत्म दे कैसी यार तू गल सुन अपने हलके दे काम कराने ने तुसी और हल्के हल्के काम कराने ने और जो हल्के पैने ने भी ठीक करा पाए जगराती की वजह तो नहीं तो यह भी पता लगे ना भी अपने हल्के अगले कहने तो आप हल्के पे नहीं 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 मैं चाहना कि आप स्टैप बाय स्टैप चलीए ठीक है भाई ठीक है। सब तो पहले होंगे कि लोगों को मोटीवेट करना वेरी गुड अपने वाल मतवजो करना इलैक्शन तो पहले लोगों को दसना कि मैं इलैक्शन लड़ना मैं तो हल्के के काम कड़े करने इन कहते तकरीर भाई मैं लिख के देना तुम पता मेरे दो भरा मैंने तुम बनाए हैं कुर्सी लगी कनाता लगे चौल बोलने गलत गल भाजी करिए गला बैठे भरा साढ़े दा तकरीर करदे आ बस ठीक है लोकी गण उच्ची बोल ते कवे आवाज नहीं आंदी माइक खराब होण उते मंजे उते इतना हाइप बणदा इना दा गला बैज पे इने के काम दी गल हर मोटर ते जाके कान च दस रहे आ कि तेरा काम मैं करांगा हां इस तरह दी आवाज हो गई तुहाडा संग बैज पे मैं कहना तुहाडे अंदर पानी आंगे तुहाडे फिफरे खराब हो जाण इदां ही तकरीर करनी भाई ऐ आवाम सामने बैठी है ते तुसी बिस्मिल्ला पढ़ के शेर कहना है बिस्मिल्ला रहमान क्योंकि शेर च सब कुछ है आवाम तुहाडे मगर इंज पै जाएगी ते लड़ भी कार मगर न्याणे पैंदे आ और इंशाल्लाह लक्कड़ बकरी हर चीज सब्जी मंडी सारा कुछ मेरे वालों फ्री आएगा सब्जी मंडी लकड़ मंडी बकरी मंडी बिस्मिल्लाह रहमान रहीम लकड़ मंडी सब्जी मंडी पीड़ी मंडी
नहीं नहीं तुम जरा ग्रेस ना कहना लगे के कैंडिडेट है। अच्छा शुरू करता हूँ अल्लाह के पाक नाम से जो बड़ा मेहरबान हयात रहने वाला। हाँ लकड़ मंडी गिदड़ मंडी तू थोड़ा थोड़ा नाल कही जाना यार ताकि पीछे। लकड़ मंडी गिदड़ पिंडी छू के आला नथू सरपाटा के आगे छू के आगे नथू दा सरपाटा छू के आगे नथू दा सरपाटा आगे मेरा बुड्ढा चाटा इलेक्शन लड़न खलो गया बुड्ढा चाटा शेर पूरा कहना भाजी मुतासर करो लोग देखो ना मोटर स्पोटर इन्नी कुर्सी लगी इन्ने तबू लगे लकड़ मंडी गटर मंडी ठीक है कि नहीं ते गिदड़ चुकी सियाने का सिर पाटा ते मैं तुहाडे सामने इलेक्शन ते खड़ा आ। ओ हां शेर ते पूरा सही कहो गिदड़ मंडी लकड़ मंडी ते सियाने का सिर पाटा नथू दा सिर पाटा नहीं नहीं ऐसे को गिदड़ अस्सलाम वालेकुम जी मैं तुहाडा अपना ते की कहंदे हुंदे सियाने वी लकड़ मंडी गिदड़ मंडी गिदड़ वाला छूक नंगे सिर पाटा छूक नंगे सिर पाटा ओ छूक आला छूक आला सिर पाटा ते अगे ताड़ियां भाई ला दो बहुत अच्छे वेरी गुड यार बहुत अच्छे मतलब ठीक है लाख लाख आ गया तुम्हारा वेरी गुड। ये शेर का है लफारसी दा फारसी दा नहीं लफारसी बुजुर्गो जवानो मेरे भैणो तो भराओ मेरे बुजुर्गो जवानो जवानो मेरे इलाके के गयूर लोगो मेरे इलाके के गयूर लोगो लोगो हां जी मैं इस वास्ते इलेक्शन ते खड़ा होया कि मैं अपनी कौम अपने मोहल्लेदार अपने बुजुर्ग अपनी मावा भैणा दे कोई भी मसायल महल्ले दे विच महल्ले तो बाहर कोई काम आ वो अपने भरा नूं दसो भरा अद्धी रात का टाइम होया इंशाला भरा तुहाडी खिदमत विच हाजिर होएगा। हाँ मेरी फक्की ने अगर आराम ना आया तो भाई मैं जिम्मेदार हाँ तो तुम चुप करके चेक करना अगर आराम आया तो ठीक है वरना सौदा बारियों बहर तो पैसा एक नहीं देना मेरी फकी का अगर तू फकीर आ गई भाजी नहीं इलेक्शन च फकी का की काम है यार पता की है वो नहीं नहीं है भाजी तुसी गल यार ये तो मैं दूसरा काम हो गया ना 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 फकी भाजी नहीं है हुण जिहड़े बंदे विच बैठे ना पंडाल दे विच एक एक बंदे नूं उंगली करके कहना कि मेरा जो चाचा बैठा ये घर के जिन्ने भी काम ने यह मैं करांगा और जो मेरा अपना गुड्डू बुजुर्ग जिन्होंने गुड्डू वोट इलेक्शन लड़न आते ना इन्हों का तरीका पता की होंगे पांच साल मूँह नहीं लाते तो जो इलेक्शन आता ना जिस बंद जानते भी नहीं होंगे कह तू ना कि तेरा इम्तियाज वो तू कि पोता वो कहता कि जी मैं रफाकत का मर जाने तू तो भतीजा मेरा एवं तू तो भाणजा मेरा इस तरह मामे भाणजे बना लेंगे फिर मैं थोड़ा ख्याल करा हर तरीके का ख्याल करा तुम घर च नहीं भी होवोगे तो तुम समझोगे साडा वीर भरा साडा बुजुर्ग मामा हाँ समझ लो साडे घर तुसी तुहानू पता लगेगा भी एक्टर चो कोई बंदा आया तार ने उन्होंने एवं सारी जिंदगी गाल ही है ना इतने पता लगेगा कि एक्टर हुंदा की है अपनी जिंदगी गुजारी है इधरलियां गल्लां उधर कर उधर मैंने चुगली की आदत नहीं हाँ मैं सीधी गल करा ठीक है अलहमदुल्ला काम करा तो करके भी दिखावा वेरी गुड तो जी एक मैं भी गवाही दिना जिन्होंने बंदे काबिल लगे भी इन्होंने कहा भी थोड़े घर को ना भी होगा उतो कुछ शायद कोई जाए तो मैं जिम्मेदार नहीं हाँ। मैं क्यों जिम्मेदार हाँ नहीं तुम चोरी चीज का ना लिखाना हाँ भाई भाई सब नहीं नहीं चोर भाई निकाल अगले की फ्रिज चुकी जाए अगले मैंने साफे ना मनिया हो गल नहीं मैं की है मैं गल करने का मतलब होंगे कि तुम्हारी चोरी हो जाए मेरे इलाके च मैं इंज का अमन कर देंगा इस तरह की मैं सिक्योरिटी लिया देंगा कि किसी के घरों चीज चोरी नहीं होगी अगर होएगी मेरे होंगे अगर चोरी होंगी तो मैं उसका जिम्मेदार हाँ मैं जिम्मेदार किता मैं भाजी घर अगले अगले पंप खोल के उन्होंने मैं साफे ना बने है नहीं मैं गल कर रहा बिल्कुल सही भाजी कल किसी की इस्तरी चुकी जाते हाँ। कल किसी की इस्तरी चुकी जाए तुम मेरी बैठक जो आगे चुक लो हाँ मैं छित्र मारो अगर मैं हल ना कड़ा तो मैं अमन ही यहोजा कर देना मैं मुंडे सारे ब्याह देने ना कि छेड़े के वास्ता वेरी गुड तुम कहो ना मैं मुंडे सारे ब्याह देने
ਕੋਈ ਕੁਆਰਾ ਹੋਏਗਾ ਤੇ ਕੁੜੀ ਨੂੰ ਛੱਡੇਗਾ ਜਦੋਂ ਵਿਆਹ ਦੇਣੇ ਦੱਸ ਅੱਛਾ ਭਾਈ ਵਿਆਹ ਹੁੰਦੇ ਫਿਰ ਤੁਸੀਂ ਇਹ ਕਹਿਣਾ ਕਿ ਮੁਹੱਲੇ ਦੇ ਵਿੱਚ ਕਿਸੇ ਬੱਚੇ ਦੇ ਸਿਰ 'ਚ ਜੂਆ ਹੋਣ ਮੈਨੂੰ ਫੋਨ ਕਰੋ ਮੈਂ ਬਰੀਕ ਕੰਘੀ ਲੈ ਕੇ ਆਪ ਆਊਂ ਮੈਂ ਆਪਣੀਆਂ ਭਤੀਜੀਆਂ ਦੀਆਂ ਭਾਣਜਿਆਂ ਦੇ ਸਿਰਾਂ ਦੇ ਵਿੱਚ ਆਪ ਫਿਰੂੰ ਮੈਂ ਲੀਖਾਂ ਤੱਕ ਨਹੀਂ ਰਹਿਣ ਦੇਣੀਆਂ ਇਸ ਇਲਾਕੇ 'ਚ ਮੈਂ ਨਾਜ਼ਮ ਲੱਗਣਾ ਆ ਜਾਂ ਉਹਨਾਂ ਦੀ ਸੱਸ ਲੱਗਣਾ ਜਾਂ ਉਹਨਾਂ ਦੀ ਮਾਂ ਲੱਗਣਾ ਗਲਤ ਗੱਲ ਮੈਨੂੰ ਏਡੀ ਵੀ ਨਹੀਂ ਮੈਂ ਬੱਚਾ ਹੈਗਾ ਨਾ ਮੈਨੂੰ ਸੁਣਾਓ ਮੈਂ ਲੀਖਾ ਕੱਢਾਂ ਕੰਘੀ ਬਰੀਕ ਫੇਰਾ ਪਤਾ ਸਾਰੀਆਂ ਨਾਂ ਵਾਲੀਆਂ ਗੱਲਾਂ ਕਰ ਰਹੇ ਹੋ ਤੇ ਮੈਂ ਇਲੈਕਸ਼ਨ ਕਮਿਸ਼ਨ ਵਾਲੇ ਨਹੀਂ ਭਾਈ ਜੂਆਂ ਦਾ ਚੱਲਦਾ ਪੁੱਤਰ ਸਾਰਾ ਰਿਕਾਰਡ ਹੋਣ ਡਿਆ ਅਗਲੇ ਕਹਿਣਗੇ ਦੇਖੋ ਇੱਕ ਬੰਦਾ ਦੌੜਦਾ ਪਿਆ ਭਾਜੀ ਮੈਂ ਦੱਸਦਾ ਇੱਕ ਮਿੰਟ ਯਾਰ ਜੂਆਂ ਦਾ ਤਾਂ ਨਾ ਵਿੱਚ ਜੂਆਂ ਦਾ ਜ਼ਿਕਰ ਹੀ ਮੈਂ ਜੂਆਂ ਦਾ ਨਹੀਂ ਜ਼ਿਕਰ ਕਰ ਰਿਹਾ ਲੇਕਿਨ ਮੈਂ ਜਿਹੜੀ ਗੱਲ ਕਰਨਾ ਪਿਆ ਕਿ ਜਿਹੜੇ ਆਉਂਦੇ ਨੇ ਵੋਟ ਲੈਣ ਵਾਸਤੇ ਇਹ ਜਿਹੜੇ ਵਾਅਦੇ ਕਰਕੇ ਜਾਂਦੇ ਕੋਈ ਪੂਰੇ ਕਰਦੇ ਨੇ ਭਾਜੀ ਅੱਜ ਜੂਆਂ ਦਾ ਕਹਿਣਾ ਕੱਲ ਨੂੰ ਇਹਨਾਂ ਨੇ ਜੂਆਂ ਦਾ ਕਹਿਣਾ ਯਾਰ ਸਕੂਲ ਨੇ ਜਿਹੜੇ ਬਣਾਉਂਦੇ ਏਡਾ ਬੜਾ ਸਕੂਲ ਨਹੀਂ ਬਣਾਉਂਦੇ ਤੇ ਜੂਆਂ ਤੇ ਇਹਨੇ ਨਹੀਂ ਆਉਂਦੀਆਂ ਲੀਖਾਂ ਦੇ ਇਹਨਾਂ ਨੂੰ ਨਹੀਂ ਕੱਢਾਂਗੇ ਸਾਨੂੰ ਕਿਹਨੇ ਫੜ ਲੈਣਾ ਉਹ ਮੇਰੇ ਦੋ ਭਰਾ ਮੈਨੇ ਮੈਂ ਸਮਝਾਉਂਦਾ ਚਲੋ ਭਾਜੀ ਮੈਂ ਦੱਸਦਾ ਤੁਸੀਂ ਜੂਆਂ ਕੱਢਣਾ ਗੱਲ ਹੁੰਦੀ ਹੈ ਕਰਨਾ ਨਹੀਂ ਹੁੰਦਾ ਇਸ ਰਾਹ ਅਸੀਂ ਜੂਆਂ ਤੱਕ ਵੀ ਕੱਢਾਂਗੇ ਜੂਆਂ ਤੱਕ ਵੀ ਕੱਢਾਂਗੇ ਕੱਢਾਂਗੇ ਹਾਂ ਕਿਹੜੇ ਫਾਇਦਾ ਬਹੁਤ ਹੈ ਭਾਜੀ ਔਰ ਮੈਂ ਆਪੇ ਹਲਕੇ ਦੇ ਵਿੱਚ ਬਰੀਕ ਕੰਗੀਆਂ ਤਕਸੀਮ ਕਰਾਂਗਾ ਹਰ ਬਰੀਕ ਕੰਗੀ ਤੇ ਮੇਰਾ ਨਾਂ ਲਿਖਿਆ ਹੋਏਗਾ ਮੇਰਾ ਫੋਨ ਨੰਬਰ ਲਿਖਿਆ ਹੋਏਗਾ ਜਿਹਦੀ ਕੰਗੀ ਟੁੱਟੇ ਟੁੱਟੀ ਕੰਗੀ ਤੋਂ ਮੇਰਾ ਨੰਬਰ ਡਾਇਲ ਕਰੇ ਤੇ ਮੈਂ ਕੰਗੀ ਲੈ ਕੇ ਉੱਥੇ ਪਹੁੰਚਾਂਗਾ ਔਰ ਮੈਂ ਕੰਗੀ ਤਰ੍ਹਾਂ ਜੂਆਂ ਕੱਢਾਂਗਾ ਟੁੱਟੀ ਕੰਗੀ ਤੁਹਾਨੂੰ ਕੰਗੀਆਂ ਦਿੱਤੀਆਂ ਜਾਣਗੀਆਂ ਤੇ ਕੰਗੀ ਦੇ ਉੱਤੇ ਮੇਰਾ ਨਾਂ ਮੇਰਾ ਨੰਬਰ ਫੋਨ ਨੰਬਰ ਹੋਏਗਾ ਤੁਹਾਡੀ ਕੰਗੀ ਟੁੱਟੀ ਦੇ ਉੱਤੋਂ ਮੈਨੂੰ ਫੋਨ ਕਰੋ ਹਾਂ ਠੀਕ ਹੈ ਕਿ ਨਹੀਂ ਮੈਂ ਕੰਗੀ ਤਰ੍ਹਾਂ ਆ ਕੇ ਤੁਹਾਡੀਆਂ ਜੂਆਂ ਕੱਢਾਂਗਾ ਕੰਗੀ ਤਰ੍ਹਾਂ ਆ ਕੇ ਤੁਹਾਡੀਆਂ ਜੂਆਂ ਕੱਢਾਂਗਾ ਮੇਰੇ ਕੋਲ ਬੈਠ ਕੇ ਤੁਸੀਂ ਆਰਾਮ ਨਾਲ ਕੰਗੀ ਜਾਓ ਉਹ ਭਾਅ ਜੀ ਖੰਘੀ ਹੁੰਦਾ ਵਾ ਇਹਨਾਂ ਵੇ ਲਾਗੇ ਦੀ 900 ਬੁੱਢੀ ਝਾਟਾ ਖਲਾਰ ਕੇ ਮੇਰੇ ਅੱਗੇ ਬੈਠੀ ਆਹੋ ਜੂਆਂ ਹੀ 1.5 ਕਿਲੋ 5 ਕਿਲੋ 7 ਕਿਲੋ ਜੂਆਂ ਹੀ ਹੋਈਆਂ ਹੁਣ ਇੱਥੇ ਗਰੀਬ ਇਲਾਕੇ 'ਚ ਜੂਆਂ ਵੀ ਬਹੁਤ ਹੁੰਦੀਆਂ ਆਹੋ ਨਹੀਂ ਫਿਰ ਮਾਈਆਂ ਕਈ ਵਿਚਾਰੀਆਂ ਮੁਸ਼ਕਿਲ ਹੋਣੀਆਂ ਨਹਾਉਂਦੀਆਂ ਨਹੀਂ ਤੇ 8-8 ਸਾਲ ਭਾਅ ਜੀ ਮੇਰੇ ਦੋ ਭਰਾ ਮੈਨੇ ਮੈਨੂੰ ਪਤਾ ਵਾ ਕੰਘੀ ਦੀ ਖਾਸੀਅਤ ਕੀ ਹੈ ਅਤੇ ਫਾਇਦ ਕੀ ਹੈ ਭਾਅ ਜੀ ਇਹਨਾਂ ਦੇ ਫਾਇਦੇ ਬਹੁਤ ਆ ਕੰਘੀ ਦੇ ਤੁਸੀਂ ਜੂ ਫੜ ਕੇ ਪਟਾਕਾ ਮਾਰੋਗੇ ਤੁਹਾਨੂੰ ਮਜ਼ਾ ਬਹੁਤ ਆ ਗਿੱਠਾ ਕੰਨ ਤੱਕ ਆਵਾਜ਼ ਜਾਏਗੀ ਤੁਹਾਡੀ ਲੋਕੀ ਤੇਰੇ ਪਟਾਕੇ ਦੂਰੋਂ ਦੂਰੋਂ ਸੁਣਾਉਣਗੇ ਕਿ ਜੂਆਂ ਦਾ ਪਟਾਕਾ ਜੈਸਾ ਉਹ ਕੱਢਦਾ ਕੋਈ ਨਹੀਂ ਕੱਢਦਾ ਸ਼ਬਰਾਤ ਬੱਚਿਆਂ ਨੂੰ ਇਦਾਂ ਹੀ ਦਿੰਦੇ ਉਹਨੇ ਮਨਾਉਣ ਵਾਸਤੇ ਇੱਕ ਮਾਈ ਬਿਠਾ ਦਿੰਦੇ ਹੁੰਦੇ ਉਹਦੇ ਸਿਰ 'ਚੋਂ ਕੱਢੀ ਜਾਂਦੇ ਇੱਥੇ ਮਾਰੀ ਜਾ ਰਹੇ ਇਹਦਾ ਹੋਰ ਵੀ ਤੇਰੇ ਨਾਲ ਗੱਲ ਕਰਨ ਵਾਲੀ ਕਰ ਰਹੀ ਆ ਭਾਈ ਤੁਸੀਂ ਗੱਲ ਹੀ ਮੇਰੀ ਸੁਣ ਪਟਾਕਾ ਵੱਜਦਾ ਆ ਇਹ ਤੁਸੀਂ ਜੂਆਂ ਕੱਢਦੇ ਕਦੀ ਸੁਣਿਆ ਅੱਜ ਤੱਕ ਵੀ ਇਹ ਨਾਲ ਦੇ ਕਮਰੇ 'ਚ ਪਟਾਕੇ ਵੱਜਣ ਡਏ ਜੂਆਂ ਦੇ ਪਟਾਕੇ ਨਹੀਂ ਭਾਈ ਦੇ ਦੇਖੇ ਜੂ ਦੇ ਪਟਾਕੇ ਨੇ ਛੱਡ ਉਹ ਨੀਮਾ ਨਹੀਂ ਆਪਣਾ ਨੰਬਰ ਦਾ ਉਹਦੀ ਭਾਜੀ ਮਹਿੰਦੀ ਆ ਰਹੀ ਆ ਉੱਥੇ ਇਹਨਾਂ ਨੇ 15 ਮਿੰਟ ਧਮਾਲ ਵੀ ਪਾਉਣੀ ਆ ਕਿਉਂਕਿ ਅਸੀਂ ਵੋਟ ਪਾਉਣੇ ਨੇ ਹਾਏ ਮਜ਼ਾ ਆਇਆ ਹੈ ਮਾਨ ਨਾਲ ਯਕੀਨ ਬਹਿ ਜਾ ਹੋ ਜਾਏਗੀ ਕੋਈ ਗੱਲ ਨਹੀਂ ਆ ਤੇ ਮੱਲੇਦਾਰੀ ਹੈ ਜੇ ਉਹ ਬੁਲਾਉਣਗੇ ਸ਼ਾਦੀ ਦੇ ਤੇ ਅਸੀਂ ਕੋਈ 10 ਮਿੰਟ ਅੱਲਾ ਗੁੱਲਾ ਵੀ ਕਰ ਲਾਂਗੇ ਕੋਈ ਤੋ ਚਾਚਾ ਚੁਰਾਗ ਨੀ ਜਿਹਦਾ ਮੁੰਡਾ ਬਾਹਰ ਚਲ ਗਿਆ ਇਕੱਲਾ ਇਕੱਲੇ ਉਹਦੀਆਂ ਪਿੰਨੀਆਂ ਪੋਲੀਆਂ ਕਰਨੀਆਂ ਤੁਸੀਂ ਤੇਲ ਲਾ ਕੇ ਦੋਨੇ ਨਹੀਂ ਪਿੰਨੀਆਂ ਉਹਦਾ ਪੋਲੀਆਂ ਕਰ ਦੇਣੀਆਂ ਤੁਸੀਂ ਸਮਝਣਾ ਕਿ ਤੁਸੀਂ ਨਾ ਦੁਸਹਿਰੀ ਅੰਬ ਫੜਿਆ ਤੇ ਪੋਲਾ ਕਰਨ ਦਾ ਠੀਕ ਹੋ ਗਿਆ ਤੇ ਮੁਹੱਲੇ ਦੇ ਜਿੰਨੇ ਸ਼ਰਾਰਤੀ ਬੱਚੇ ਆ ਨਾ ਉਹਨਾਂ ਦੀ ਕਟਿੰਗ ਵੀ ਤੁਸੀਂ ਕਰਨੀ ਹੈ ਪੂਰੀ ਜ਼ੈਕੇ ਵਾਲੀ ਤਰ੍ਹਾਂ ਹਾਂਜੀ ਆਹੋ ਮੁਹੱਲੇ ਵਾਲੇ ਭਾਈ ਨੀ ਮੈਨੂੰ ਕਟਿੰਗ ਆਉਂਦੀ ਹੀ ਨਹੀਂ ਨਹੀਂ ਆਉਂਦੀ ਨਾ ਐਵੇਂ ਸਿਰ ਤੇ ਕੋਲਾ ਜਿਹਾ ਰੱਖ ਕੇ ਥੱਲਿਓਂ ਵੱਢ ਦਿੱਤੇ ਪਾਸ ਕਰ ਭਾਈ ਜਾਨ ਜਾਣਦੇ ਤੁਹਾਡੀ ਮਿਹਰਬਾਨੀ ਤੁਸੀਂ ਇੰਨੀ ਗੱਲ ਕਰਾਉਣੀ ਤੁਹਾਨੂੰ ਪਤਾ ਹੀ ਲੱਗੇ 1300 ਬੰਦੇ ਨੇ ਕੋਲਾ ਕਟਿੰਗ ਕਰਾਉਣਾ ਜਾਣੀ ਮੈਂ ਕਿੱਥੇ ਕੋਲਾ ਕਰਦਾ ਫਿਰ ਐਲਾਨ ਇਹ ਕਰਨਾ ਕਿ ਬੱਚੀਆਂ ਦੇ ਦੁਪੱਟੇ ਕਿਸੇ ਨੂੰ ਪੀਕੋ ਕਰਾਉਣਾ ਹੋਵੇ ਕਿਸੇ ਕੱਪੜੇ ਨੂੰ ਨੀਲ ਦੇਣਾ ਹੋਵੇ ਮੈਨੂੰ ਦੱਸੋ ਮੈਂ ਦਿਆਂਗਾ ਮੈਂ ਕਰਾਂਗਾ ਹਾਂ ਔਰ ਕਹਿਣਾ ਹੀ ਹੈ ਹੁੰਦਾ ਥੋੜਾ ਪੀਕੋ ਕਰਾਉਣੀ ਹੈ ਗੋਟਾ ਕਿਨਾਰੀ ਕੋਈ ਕਿਸੇ ਨੇ ਕਿਸਮ ਦੀ ਨੀਲ ਜਿਹੜਾ ਦਵਾਉਣਾ ਔਰ ਭਾਈ ਤੁਹਾਨੂੰ ਪਤਾ ਮੁਹੱਲੇ ਜਿਹੜੇ ਬੱਚੇ ਆ ਟਿੰਡਾ ਕਰੇ ਫਿਰਦੇ ਸਿਰ 'ਚ ਖੁਸ਼ਕੀ ਬਹੁਤ ਹੋਈ ਹੈ ਤੁਸੀਂ ਤੇਲ ਪਾ ਕੇ ਡੇਲੀ ਸਿਰ 'ਚ ਸਣਾ ਬੱਚਿਆਂ ਨੂੰ ਯਾਰ ਮੇਰੇ ਦੋਤੇ ਆ ਤੂੰ ਕੈਸੀ ਭਾਜ ਨਾ ਗਲਤ ਗੱਲ ਕਰ ਅੱਛਾ ਯਾਰ ਵੈਸੇ ਇਲੈਕਸ਼ਨ ਦਾ ਨਾ ਉੱਤੇ ਆ ਮੇਰੇ ਉਹ ਆਈਡੀਆ ਨਹੀਂ 100 ਬੱਚੇ ਦੀ ਟਿੰਡ ਕਰਾ ਕੇ ਨਾ ਉੱਤੇ ਇਹਨਾਂ ਦਾ ਨਾਂ ਲਿਖਾ ਦਿਓ ਬਿਲਕੁਲ ਸਹੀ ਇੰਤਖਾਬੀ ਨਿਸ਼ਾਨ ਬਣਾ ਦਿਓ ਨਾਲ ਇੰਤਖਾਬੀ ਨਿਸ਼ਾਨ ਆਹੋ ਬਾਹਰੋਂ ਕਰਵਾ ਦੇਣਾ ਪੈਸੇ ਮੈਂ ਵੰਡ ਦਿਆਂਗਾ ਲੱਖ 2 ਲੱਖ ਰੁਪਏ ਵੰਡ ਦਿਆਂਗਾ ਟਿੰਡਾ ਕਰਵਾ ਲੈਣ ਬੱਚੇ ਠੀਕ ਹੋ ਗਿਆ ਹਾਂ ਭਾਈ ਲਿਖਣਾ ਆਪਣੇ ਮੁਹੱਲੇ ਦੇ ਜਿਹੜੇ ਬੱਚੇ ਉਹਨਾਂ ਦੇ 9 ਮੀਟਰ ਦੇ ਵਧੇ ਆ ਪੈਰਾਂ ਦੇ ਉਹ ਪੈਰਾਂ ਦੇ 9 ਵੀ ਕੱਟਣੇ ਉਹਨਾਂ ਦੇ ਯਾਰ ਮੇਰੇ ਕੋਲ ਉਹਨਾਂ ਨੇ ਪੜਨ ਆਉਣਾ ਫਿਰ ਗਲਤ ਗੱਲ ਨਾ ਕਰ ਤੂੰ ਭਾਜੀ ਵੋਟ ਆਹੋ ਉਹ ਇਹਨਾਂ ਦੇ ਮਾਮਾ ਦੇ ਕੰਮ ਆ ਉਹ ਕੰਮ ਕਰਨੇ ਇਹ ਤੁਹਾਨੂੰ ਫਾਇਦਾ ਹੀ ਆ ਨਹੀਂ ਮੈਨੂੰ ਫਾਇਦਾ ਮੈਂ 9 ਵਿੱਚ ਆਲੂ ਪਾ ਪਕਾਉਣਾ ਹੈ ਔਰ ਇੱਕ ਹੋਰ ਕੰਮ ਕਰਨਾ ਭਾਈ ਜਾਨ ਤੁਸੀਂ ਤੁਹਾਡੀ ਵੋਟ ਵਧੇਗੀ ਇਹ ਗਰਮੀ ਅੱਗੇ ਸਟਾਰਟ ਹੋ ਰਹੀ ਹੈ ਤੁਸੀਂ ਨਹਿਰ ਤੇ ਕੱਛੇ ਲਾ ਕੇ ਬਹਿ ਜਾਣਾ ਜੈ ਨਹਿਰ ਦੇ ਕੱਛੇ ਮੈਂ ਜਾਣੀ ਉਹ ਸਿਆਸੀ ਆਦਮੀ ਹੈ ਗੱਡੀ ਮੇਰੇ ਕੋਲ ਹੋਣੀ ਹੈ ਪਰਿਆ ਪਚਾਰ ਡੇਰੇਦਾਰੀ ਤੇ ਮੈਨੂੰ ਕੱਛੇ ਲਵਾਉਣ ਡਿਆ ਭਾਏ ਤੁਸੀਂ ਸੋਚਦੇ ਹੋ ਹੋਰ ਪਾਸੇ ਹੋ ਉਹ ਗੱਲ ਕਰਦਾ ਹੋਰ ਪਾਸੇ ਹੋ ਪਿਛਲਾ ਜਿਹੜਾ ਕੈਂਡੀਡੇਟ ਸੀ ਉਹਨੇ ਨਹਿਰ 'ਚ ਨਹਾਉਣ 'ਤੇ ਪਾਬੰਦੀ ਲਾਈ ਜਿਹਦੀ ਵਜ੍ਹਾ ਤੋਂ ਮਾਂ ਪਿਓ ਨੇ ਇਹ ਗੱਲ ਕਹੀ ਕਿ ਦੇਖੋ ਕਿੱਡਾ ਭੈੜਾ ਬੰਦਾ ਉਹਨੇ ਹਰ ਬੰਦਾ ਉੱਥੇ ਨਹਾਉਂਦਾ ਨਹਿਰ ਤੋਂ ਕੀ ਕਿਹਾ ਵੀ ਵਿੱਚ ਨਹਾਉਣਾ ਉਹਨੇ ਕਿ ਨਹਾਉਣਾ ਨਹੀਂ ਨਹਿਰ ਦੇ ਵਿੱਚ ਲੈ ਉਹਦੇ ਪਿਓ
ਉਹ ਮੈਂ ਕੱਚੇ ਦਵਾਂਗਾ ਜੇ ਉਹਨੇ ਰੋਕਿਆ ਜੇ ਉਹਨੇ ਰੋਕਿਆ ਕੱਚੇ ਵੀ ਮੇਰੇ ਹੋਣਗੇ ਨਹਿਰ ਬੱਚੇ ਨਾ ਆ ਰਹੇ ਹੁਣ ਕੱਚੇ ਤੁਹਾਡੇ ਹੁਣ ਹਰ ਬੱਚੇ ਦਾ ਮਾਂ ਪਿਓ ਤੁਹਾਨੂੰ ਆ ਕਹੇ ਬਹੁਤ ਕੱਚੇ ਓਕੇ 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 ਔਰ ਭਾਜੀ ਇਹਦਾ ਹੋਰ ਵੀ ਫਾਇਦਾ ਹੋਏਗਾ ਔਰ ਕੱਚੇ ਤੇ ਇਹਨਾਂ ਦਾ ਨਾਂ ਲਿਖਿਆ ਹੋਵੇ ਮੋਬਾਈਲ ਨੰਬਰ ਤੇ ਸਾਈਡ ਤੇ ਇੰਤਖਾਬੀ ਨਿਸ਼ਾਨ ਚੂਹਾ ਉਹ ਬਣਿਆ ਹੋਵੇ ਬੱਚਾ ਜਿਹਦਾ ਗੋਤਾ ਲਾ ਕੇ ਬਾਹਰ ਆਵੇ ਚੂਹਾ ਤਰ ਹੋਇਆ ਹੋਵੇ ਨਹੀਂ ਫਿਰ ਹੋਰ ਕੰਮ ਕਰੋ ਤੁਸੀਂ ਹਾਂਜੀ ਨਾਲ ਨਾਲ ਸੇਬੇ ਵੀ ਦਿਓ ਕੱਛੇ ਦਾ ਨਾਂ ਲਿਖਿਆ ਹੋਵੇ ਇਹਨਾਂ ਦਾ ਠੀਕ ਹੈ ਤੇ ਸੇਬੇ ਨਾਲ ਬੰਨ ਕੇ ਵਿੱਚ ਫੂਕ ਭਰੇ ਤੇ ਕਰਕੇ ਫੁੱਲਿਆ ਹੋਵੇ ਨਾ ਚੂਹਾ ਵੱਡਾ ਬੱਚੇ ਇੰਜ ਜਾ ਰਹੇ ਹੁਣ ਇੱਕ ਲਾਤੇ ਚੂਹਾ ਹੋਵੇ ਦੇਖ ਇਹਨਾਂ ਦਾ ਨਾਂ ਹੋਵੇ ਤੁਸੀਂ ਚੂਹੇ ਦੀ ਟੈਨਸ਼ਨ ਨਾ ਲਓ ਆਪਾਂ ਕਿਹੜਾ ਤਲ ਕੇ ਖਾਣਾ ਚੂਹਾ ਹਾਂ ਨਹੀਂ ਤਲ ਕੇ ਮੈਂ ਕੋਈ ਖਾਣਾ ਪਾ ਮੈਂ ਬਸ ਗੱਲ ਹੀ ਕਰ ਰਿਹਾ ਮਲ ਕੇ ਖਾਈਦਾ ਆਹ ਸੱਚ ਮਲ ਕੇ ਖਾਈਦਾ ਉਹ ਮਾਲੀ ਨਾ ਪੋਲਾ ਪੋਲਾ ਕਰਕੇ ਭਾਜੀ ਇੱਕ ਲੰਮਾ ਤੁਸੀਂ ਦਸਤਾਨਾ ਵੀ ਲੈਣਾ ਐਡਾ ਸਾਰਾ ਉਹਦੇ ਨਾਲ ਪਤਾ ਕੀ ਭਾਜੀ ਇੱਕ ਸਰਵਾਬ ਡਾਲੇ ਤੈਨੂੰ ਪਤਾ ਤਾਰ ਨੰਗੀ ਛੱਡ ਜਾਂਦੇ ਉਹ ਵੀ ਤੁਸੀਂ ਸੈੱਟ ਕਰਨੀ ਨਹੀਂ ਮੈਨੂੰ ਆਉਂਦਾ ਹੀ ਨਹੀਂ ਵਾਪਟਾ ਦਾ ਕੰਮ ਕਰਨ ਵਾਲਾ ਨਹੀਂ ਵਾਪਟਾ ਵਾਲੇ ਦਸਤਾਨੇ ਭਾਜੀ ਨਹੀਂ ਮੈਂ ਦਸਤਾਨੇ ਲੈ ਕੇ ਮੈਂ ਹੱਥ ਲਾਵਾਂ ਮੈਨੂੰ ਕਰੰਟਰ ਪੈ ਜਾਵੇ ਮੈਂ ਨੀਲਾ ਹੋ ਜਾਵਾਂ ਤੁਸੀਂ ਕਿੱਦਾਂ ਦੀ ਗੱਲ ਕਰੀ ਜਾਣ ਡੇ ਦਸਤਾਨੇ ਨਾ ਸਿਰਫ ਬਿਜਲੀ ਦਾ ਕੰਮ ਲੈ ਦਸਤਾਨੇ ਮਸਤਾਨਾ ਜਦੋਂ ਟਾਈਮ ਆਇਆ ਹੋਵੇ ਦਸਤਾਨਾ ਨਹੀਂ ਚੱਲਦਾ ਗੱਲ ਤੇ ਸੁਣ ਲੈਣਾ ਦਸਤਾਨੇ ਨਾ ਹੋ ਗਿਆ ਤੋਂ ਕੰਮ ਗਲਤ ਗੱਲ ਨਾ ਕਰੋ ਕਿਸੇ ਔਰਤ ਨੇ ਰੋਟੀਆਂ ਮੰਗਾਣੀਆਂ ਤੰਦੂਰ ਤੋਂ ਠੀਕ ਹੈ ਛਾਪਰ ਨਹੀਂ ਲੱਭਦਾ ਅਖਬਾਰ ਨਹੀਂ ਲੱਭਦੀ ਉਹ ਆਪਣੇ ਨਿਆਣੇ ਕੋਲ ਮੰਗਵਾਉਣ ਰੋਟੀ ਲੈਣ ਮੈਂ ਜਾਵਾਂ ਇੱਕ ਔਰਤ ਨੇ ਦੋ ਰੋਟੀਆਂ ਮੰਗਾਉਣੀਆਂ ਤਾਂ ਮੈਂ ਲਾਲੀ ਰੋਟੀਆਂ ਲੈਣ ਗਿਆ ਦਸਤਾਨਾ ਲਾਜ਼ਮ ਕਿੱਥੇ ਗਿਆ ਜੀ ਰੋਟੀ ਲੈਣ ਗਿਆ ਆ ਕਿਹਦੀ ਲੈਣ ਗਿਆ ਨੈਦਾ ਦੀ ਨੋਹ ਦੀ ਇੱਕ ਦਸਤਾਨੇ ਜਿਹਨਾਂ ਦੇ ਕਈ ਕੰਮ ਹੋ ਜਾਣੇ ਆ ਉਸੇ ਦਸਤਾਨੇ ਦਾ ਪਤਾ ਕਿਸੇ ਦਾ ਡੱਕਾ ਫਸਿਆ ਹੋਵੇ ਗੱਡਰ ਦਾ ਉਹ ਖਿੱਚ ਲੈਂਦਾ ਉਹ ਡੱਕਾ ਮੈਂ ਹੱਥ ਰੱਖ ਕੇ ਉਹ ਗੱਡਾ ਦਸਤਾਨਾ ਜ਼ਾਇਆ ਜ਼ਰੂਰ ਕਰਨਾ ਦੱਸ ਤੂੰ ਚੱਲ ਜਾ ਕੰਮ ਕਰ ਜਾ ਕੰਮ ਲਵੋ ਐਵੇਂ ਹੀ ਲੈ ਆ ਡੱਕਾ ਮੈਂ ਕੱਢਣਾ ਹੈ ਡੱਕਾ ਲੱਗਾ ਹੋਵੇ ਜੋ 6 ਸਾਲ ਤੋਂ ਗੱਡਰ ਨਾਲ ਨਿਕਲਿਆ ਉਹਨੇ ਵੀ ਦੋ ਲਿਆ ਦੇ ਇੱਕ ਨਾ ਦੇ ਪੂਰੇ ਮਹੱਲੇ ਨਾਲ ਇਹਨਾਂ ਦੇ ਦੋਸਤਾਨੇ ਹੋ ਜਾਣ ਆਹੋ ਔਰ ਅਗਲੀ ਗੱਲ ਆ ਤੁਸੀਂ ਡੱਕੇ ਤੋਂ ਪਰਹੇਜ਼ ਨਾ ਕਰੋ ਖੋਲੋ ਦਲੇਰੀ ਨਾ ਖੋਲੋ ਨਹੀਂ ਦਲੇਰੀ ਨਾ ਕਹਦੇ ਮੈਂ ਡਿਸਟ੍ਰਿਕਟ ਜੇਲ੍ਹ ਦਾ ਡੱਕਾ ਖੋਲਣਾ ਵੀ ਕੈਦੀਆਂ ਨੇ ਦੜਾਉਣਾ ਸਾਰਿਆਂ ਤਕਰੀਰ ਜਿਹਾ ਗੱਲ ਕਹਿਣੀ ਹੈ ਕਿ ਮੈਂ ਨਵੀਆਂ ਚੀਜ਼ਾਂ ਲੈ ਕੇ ਆ ਰਿਹਾ ਠੀਕ ਹੈ ਮੈਂ ਆਪਣੇ ਮੁਲਕ ਨੂੰ ਇਹੋ ਜਿਹੀ ਸ਼ਕਲ ਦੇ ਦੇਣੀ ਹੈ ਕਿ ਪਿਛਲੀ ਜਿਹੜੀਆਂ ਸਾਰੀਆਂ ਭੁੱਲ ਜਾਣਗੀਆਂ ਇਹ ਸਰੀਏ ਨਾਲ ਗੱਟਰ ਖੋਲਣਾ ਅਤੇ ਬਾਂਸ ਨਾਲ ਗੱਟਰ ਖੋਲਣਾ ਬੋਰੀ ਨਾਲ ਗੱਟਰ ਖੋਲਣਾ ਹੋ ਗਿਆ ਪੁਰਾਣਾ ਵੈਰੀ ਗੁੱਡ ਮੈਂ ਸਾਰਾ ਸੀਵਰੇਜ ਸਿਸਟਮ ਜਿਹੜਾ ਨਾ ਕੰਪਿਊਟਰਾਈਜ਼ਡ ਕਰ ਦੇਣਾ ਆਪਣੇ ਆਪਣੇ ਘਰ 'ਚ ਬੈਠ ਕੇ ਆਪਣੀ ਵੈਬਸਾਈਟ ਬਣਾਓ gutter.com ਜਿੱਥੇ ਡੱਕਾ ਲੱਗੇ ਠੀਕ ਹੈ ਜੀ ਸਾਨੂੰ ਫੋਨ ਕਰੋ ਅਸੀਂ ਤੁਹਾਨੂੰ ਉਹਦਾ ਪਾਸਵਰਡ ਦੇਵਾਂਗੇ ਤੁਸੀਂ ਆਪਣੇ ਘਰ 'ਚ ਬੈਠ ਕੇ ਨੰਬਰ ਡਾਇਲ ਕਰੋ ਤੁਹਾਡਾ ਪਾਸਵਰਡ ਵਜੇਗਾ ਗੱਟਰ ਆਪੇ ਹੀ ਖੁੱਲ ਜਾਏਗਾ ਨਹੀਂ ਤਾਂ ਉਹ ਮਸ਼ੀਨਾਂ ਕਿੱਥੋਂ ਮਿਲਣਗੀਆਂ ਗੱਲ ਹੀ ਕਰਨੀ ਹੈ ਅੱਛਾ ਗੱਲ ਹੀ ਕਰਨੀ ਭਾਜੀ ਤੁਸੀਂ ਗੱਲ ਵਧਾਉਣੀ ਆ ਤੁਸੀਂ ਜਦੋਂ ਐਪਲੀਕੇਸ਼ਨ gutter.com ਹਾਂ ਤੁਹਾਡੇ gutter.com ਠੀਕ ਹੈ ਕਿ ਨਹੀਂ ਮੈਨੂੰ ਦੱਸੋ ਤੁਸੀਂ ਮੈਨੂੰ ਦੱਸੋ ਮੇਰੀ ਕੌਮ ਤੁਹਾਡੀ ਕੌਮ ਦੇ ਸਾਰੇ ਕੰਮ ਕਰੇਗੀ ਮੇਰੀ ਕੌਮ ਤੁਹਾਡੀ ਕੌਮ ਦੇ ਸਾਰੇ ਕੰਮ ਕਰੇ ਆਪਾਂ ਸਾਰੀ ਕੌਮ ਮਿਲ ਕੇ ਇਸ ਮੁਲਕ ਨੂੰ ਠੀਕ ਕਰਾਂਗੇ ਅਸੀਂ ਸਾਰੀ ਕੌਮ ਮਿਲ ਕੇ ਇਸ ਮੁਲਕ ਨੂੰ ਠੀਕ ਕਰਾਂਗੇ ਠੀਕ ਹੈ ਨੇ ਇਹ ਹਮਾਰੀ ਵੈਬਸਾਈਟ gutter.com ਇਹ ਹਮਾਰੀ ਵੈਬਸਾਈਟ gutter.com gutter.com ਚਲੋ ਡੱਕਾ ਕੌਮ ਕਹਿ ਦਿਓ ਤੁਸੀਂ ਡੱਕਾ ਕੌਮ ਅੱਛਾ ਭਾਜੀ ਹੁਣ ਤੁਸੀਂ ਇੱਕ ਹੋਰ ਕੰਮ ਕਰਨਾ ਨੌ ਐਡੇ ਵਧਾ ਲੈਣੇ ਹੋਰ ਕਿਉਂਕਿ ਗਰਮੀਆਂ ਆ ਰਹੀਆਂ ਸੀਜ਼ਨ ਆ ਰਿਹਾ ਪਿੱਤ ਦਾ ਬੱਚਿਆਂ ਦੀ ਪਿੱਤ ਵੀ ਮਾਰਨੀ ਤੁਸੀਂ ਐਂ ਮਗਰੋਂ ਜਿਹੜਾ ਬੱਚਾ ਨਾ ਯਾਰ ਇਹਨੂੰ ਹਟਾ ਇਹਨੂੰ ਕੈਸਾ ਫਿੱਕਾ ਬੰਦਾ ਆ ਵੀ ਮੈਂ ਇੱਕ ਬੱਚੇ ਨੇ ਪਿੱਤ ਮਾਰਨੀ ਆ ਉਦੋਂ 9.5 ਲੱਖ ਦਾਣਾ ਆਉਣਾ ਉਹ ਮੈਨੂੰ ਤਾਂ ਪਰਸੋਂ ਤੱਕ ਨਹੀਂ ਉਹ ਪਿੱਤ ਮਰਨੀ ਹੈਗੀ ਭਾਜੀ ਉਹ ਪਿੱਤ ਉਹਦੇ ਨਾਲ ਮੈਂ ਪਾਊਡਰ ਨਾ ਲਿਆ ਕੇ ਉਸ ਇਲਾਕੇ 'ਚ ਵੰਡ ਦੇਵਾਂ ਕਿ ਆਹ ਪਾਊਡਰ ਪਾਵੋ ਉਹਦੇ ਨਾਲ ਅੱਛਾ ਇੱਕ ਜੁੱਤੀ ਤੁਸੀਂ ਫਾਲਤੂ ਰੱਖਣੀ ਇਲਾਕੇ ਦੇ ਚੋਰ ਕੁੱਟਣ ਵਾਸਤੇ ਉਹ ਕੁੱਟ ਲਾਂਗਾ ਮੈਂ ਆਪ ਕੁੱਟ ਲਾਂਗਾ ਔਰ ਭਾਜੀ ਮੈਂ ਤੈਨੂੰ ਅਗਲੀ ਗੱਲ ਵੀ ਦੱਸਦਾ ਪਿੱਤ ਦੇ ਦਾਣੇ ਮਕਾਉਣ ਕੀ ਜ਼ਰਾ ਹੁਣ ਵੈਰੀ ਗੁੱਡ ਨਹੀਂ ਉਹ ਪਿੱਤ ਦੇ ਦਾਣੇ ਮਕਾਉਣ ਦਾ ਹੋਰ ਬੜਾ ਸੌਖਾ ਫਾਰਮੂਲਾ ਉਹ ਜਿੰਨੇ ਦਾਣੇ ਹੁਣ ਪਿੱਤ ਦੇ ਉਹ 'ਚ 5 ਰੁਪਏ ਦੇ ਮਖਾਣੇ ਪਾ ਕੇ ਫਿੱਕਾ ਮਾਰ ਲਿਓ ਯਾਰ ਇਸ ਬੰਦੇ ਨੂੰ ਉਠਾ ਕੇ ਐਸਾ ਫਿੱਕਾ ਬੰਦਾ ਹੈ ਸਾਰੇ ਦਾਣੇ ਮੁੱਕ ਜਾਣਗੇ ਕ੍ਰਹਿ ਤੋਣ ਲੱਗ ਪਈਏ ਤੂੰ ਇੱਕ ਚਲੋ ਉੱਠ ਜਾ ਭਾਈ ਅੱਛਾ ਗੱਲ ਸੁਣ ਤੂੰ ਆਪਣੇ ਭਰਾ ਹੁਣ 10 ਲੱਖ ਇਹਨੂੰ ਲੜਾਇਆ ਤੂੰ ਤਾਂ ਫੋੜੇ ਤੇ ਸ਼ਾਇਦ ਪਾ ਕੇ ਦਿੰਦਾ ਹੁਣ MNA ਵੱਡੇ ਨੂੰ ਵੀ ਆ ਲੱਭੀ ਤੂੰ ਆਪਾਂ ਜਾ ਕੰਮ ਕਰ ਜਾ ਕੇ ਨਹੀਂ ਤੂੰ ਵੀ ਤਾਂ ਫਿੱਕੀ ਗੱਲ ਕਰ ਰਹੇ ਪਿੱਤ ਫਿੱਕੀ ਹੁੰਦੀ ਹੈ ਤੂੰ ਤਾਂ ਥੋੜ੍ਹਾ ਨਿੰਬੂ ਨੂੰ ਲੈ ਨਿੰਬੂ ਨੂੰ ਜੋੜ ਲਓ ਅੱਛਾ ਪਤਾ ਕੀ ਹੈ ਭਾਜੀ ਚਲੋ ਪਿੱਤ ਨਾ ਮਾਰਿਓ ਭਾਜੀ ਉਹ ਕਾਕਾ ਨਹੀਂ ਆਪਣਾ ਨਿੱਕਾ ਕਿਹਦਾ ਫੋੜਾ ਬਹੁਤ ਕਿੱਦਾਂ ਦਾ ਬੁਰਾ ਬੰਦਾ ਹੈ ਇਹਦਾ ਮੈਂ ਚੰਬਲ ਤੇ ਨਿੰਬੂ ਪਾ ਕੇ ਵੱਡੇ ਨੂੰ ਦਿੰਦਾ ਆਉਣਾ ਜਿਹੜਾ MNA ਬਣਿਆ ਉਹ ਭਾਈ ਨੇ ਬਣਾਏ ਇਹਨਾਂ ਦੀਆਂ ਦੁਆਵਾਂ ਨਾਲ ਬਣੇ ਦੋਵੇਂ ਲੈ ਆਹੋ ਇੱਕ ਦਿਹਾੜੀ 'ਚ ਬਣਾ ਦਿੱਤੇ ਇਹਨਾਂ ਨੇ ਅੱਛਾ ਨੱਚਣ ਵਾਲਾ ਸੀ ਕੋਈ ਨਹੀਂ ਬਣਨ ਦੇਣਾ ਤੇ ਜਨਾਨੇ ਜਨੂਨੇ ਨਾ 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 ਆਪ ਨੱਚਣਾ ਜਿੱਥੇ ਕਾਕਾ ਹੋਇਆ ਹਾਂਜੀ ਨਾਲੇ ਤੁਹਾਡਾ ਬਜਨ ਘਟ ਜਾਏਗਾ ਮੈਂ ਹਾਂ ਘੁੰਗਰੂ ਪਾ ਕੇ ਘੁੰਗਰੂ ਭਾਵੇਂ ਨਾ ਪਾਓ ਕੱਪੜੇ ਪਾ ਲਓ ਬਸ ਔਰਤਾਂ ਵਾਲੇ ਕੱਪੜੇ ਪਾ ਕੇ ਅੱਛਾ ਡੇਰੇ 'ਤੇ ਭਰਿਆ ਬੈਠੀ ਹੋਵੇ ਤੇ ਮੈਂ ਕੱਪੜੇ ਪਾ ਕੇ ਨੱਚਣ ਡਿਆ ਅੱਗੇ ਕੀ ਹੋ ਜੀ ਨਗਮਾ ਦੇ ਮੁੰਡਾ ਹੋਇਆ ਉਹਦੇ ਨੱਚਣ ਡੇ ਮਜ਼ਾ ਆ ਜਾ ਜਾਓ ਕੰਮ ਕਰੋ ਯਾਰ ਜਾ ਕੇ ਨਾ ਗੁੱਸਾ ਕਰੋ ਸੁਣਦੇ ਪੈਣੇ ਫਿਰ ਐਦਾਂ ਕਰਦੇ ਆ ਸਾਰੇ ਯਾਰ ਉਹਦੇ ਸੁਣਦੇ ਪੈਣੇ ਜੁਰਮਾਨਾ ਹੋਏਗਾ ਨਹੀਂ ਇੱਦਾਂ ਕਰਦੇ ਸਾਰੇ ਇੱਦਾਂ ਨਹੀਂ ਕਰਦੇ ਲੇਕਿਨ ਪਤਾ ਤਰੀਕੇ ਨਾਲ ਨਹੀਂ ਇੱਦਾਂ ਨਹੀਂ ਹੁੰਦਾ ਹੈਗਾ ਮੁੱਕਰ ਜਾਣਾ ਹੁੰਦਾ ਮੈਨੂੰ ਹੁਣ ਮੁੰਡਾ
ਉਹ ਮੈਨੂੰ ਫਰਾਕ ਹੀ ਨਹੀਂ ਪਹਿਲੀ ਗੱਲ ਤਾਂ ਮੇਰੇ ਆਉਣਾ ਕਿਸੇ ਇਲੈਕਸ਼ਨਾਂ ਦੇ ਪਹਿਲੇ ਪਹਿਲੇ ਇਹ ਗੱਲਾਂ ਕਰਨੀਆਂ ਨੇ ਤੁਸੀਂ ਕਹਿੰਦੇ ਮੈਂ ਖੁੱਲ੍ਹਾ ਫਰਾਕ ਪਾ ਕੇ ਚੂੜੀਦਾਰ ਪਜਾਮਾ ਪਾ ਕੇ ਅਮਰਾਓ ਜਾਣਾ ਮੈਂ ਸਾਫ ਇਨਕਾਰ ਮੈਂ ਬਾਅਦ 'ਚ ਨਹੀਂ ਕਰਨਾ ਕੁੜੀ ਬਾਅਦ 'ਚ ਕੁੜਨਾ ਨਹੀਂ ਇਲੈਕਸ਼ਨ ਤੋਂ ਪਹਿਲੇ ਗੱਲਾਂ ਨੇ ਕਹਿੰਦੇ ਮੈਂ ਵੱਡਾ ਫਰਾਕ ਪਾ ਕੇ ਨਾਲ ਪਜਾਮਾ ਪਾ ਕੇ ਅਮਰਾਓ ਜਾਣਦਾ ਬਣ ਕੇ ਜੋ ਬਚਾ ਥਾ ਉਹ ਲੁਟਾਣੇ ਕੇ ਲਈ ਆਏ ਹਾਂ ਉਹ ਇਲੈਕਸ਼ਨ ਵਾਲੇ ਦਿਨ ਤੂੰ ਗਾਣਾ ਕਰਨਾ ਅਤੇ ਅਗਲਾ ਕੰਮ ਭਾਅ ਜੀ ਕੀ ਆਪਣਾ ਚਾਚਾ ਚਿਰਾਗ ਨਹੀਂ ਹੁਣ ਉਹ ਜਿਵੇਂ ਤੇਲ ਪਾਉਣਾ ਹੈ ਅਭੀ ਉਹਦੀ ਉਹਦੀ ਬੱਤੀਆਂ ਬਣਾ ਬਣਾ ਕੇ ਚਾਚੇ ਚਿਰਾਗ ਦੇ ਮੂੰਹ 'ਚ ਦੇਈ ਜਾਣੀ ਉਹ ਚਿਰਾਗ ਨਹੀਂ ਗੱਲ ਕਰਨ ਵਾਲੀ ਯਾਰ ਤੁਸੀਂ ਪਤਾ ਭਾਅ ਜੀ ਕੀ ਕਰੋ ਚਾਚੇ ਚਿਰਾਗ ਨੇ ਬਾਹਰ ਮਿੱਟੀ ਦੀ ਟਰਾਲੀ ਸਟਾਈ ਵੋਟ ਤੁਹਾਨੂੰ ਉਹਨਾਂ ਨੇ ਦੇਣਾ ਬਸ ਤੁਸੀਂ ਛੱਤ 'ਤੇ ਚੜ੍ਹਾਉਣੀ ਇਕੱਲਿਆਂ ਨੇ ਯਾਰ ਇਹ ਬੰਦੇ ਨੂੰ ਉਠਾ ਭਾ ਇਹ ਮਜ਼ਦੂਰ ਮੈਨੂੰ ਬਣਾਇਆ ਮੈਂ ਤਾਂ ਘਰਦੇ ਕਦੀ ਕੰਮ ਨਹੀਂ ਕੀਤੇ ਨਾ ਉਹਨੇ ਚਿਰਾਗ ਰੱਖਿਆ ਰਾਤ ਨੂੰ ਹਨੇਰੇ ਹੀ ਠੁੱਡੇ ਖਾਣ ਡਿਆ ਹੁੰਦਾ ਮੁਬਾਰਕ ਯਾਰ ਖੁਦਾ ਦੀ ਕਸਮੇ ਏਡਾ ਲੱਕੀ ਬੰਦਾ ਮੈਂ ਨੀ ਵੇਖਿਆ ਪੇਪਰ ਜਮਾ ਵੀ ਹੋ ਗਿਆ ਐਕਸੈਪਟ ਵੀ ਹੋ ਗਿਆ ਵੀ ਹੋ ਗਏ ਨੇ ਹਾਂਜੀ ਠੀਕ ਹੋ ਗਿਆ ਠੀਕ ਹੋ ਗਿਆ ਬਣਾਉਣੇ ਜੀ ਬੈਨਰ ਬਣਾਉਣੇ ਹੁਣ ਮਾਸ਼ਾਲਾ ਢੋਲ ਛੋਲ ਵਜਾਉਂਦੇ ਹਾਂ ਅੱਜ ਰੱਖਦੇ ਰਾਤ ਨੂੰ ਪਾਰਟੀ ਹਾਂ ਬਾਰਬੀਕਿਊ ਪਾਰਟੀ ਰੱਖਦੇ ਹਾਂ ਆਪਾਂ ਇਹ ਆਪਣਾ ਬੱਕਰੇ ਸ਼ਕਰੇ ਮੰਗਵਾਉਂਦੇ ਜ਼ਰਾ ਹਰਨ ਦਾ ਗੋਸ਼ਤ ਬਟੇਰੇ ਸ਼ਟੇਰੇ ਰਾਤ ਨੂੰ ਬਾਰਬੀਕਿਊ ਪਾਰਟੀ ਕਰਦੇ ਇੱਥੇ ਵੀ ਕਹੋ ਜੂਆਂ ਆ ਰਹੀਆਂ ਚੂਹੇ ਆ ਰਹੇ ਆ ਕੋਈ ਇੱਦਾਂ ਦੇ ਨਾਂ ਲਵੋ ਇੱਥੇ ਲਾਈਟਾਂ ਬੱਚਿਆਂ ਦੀਆਂ ਬਲਦੀਆਂ ਉਹ ਵੀ ਦੱਸੋ ਵੀ ਇਲੈਕਸ਼ਨ ਹੋ ਰਿਹਾ ਇੱਦਾਂ ਦੀ ਗੱਲਾਂ ਵੀ ਕਰੋ ਨਾ ਉਹਨਾਂ ਹੀ ਉਹ ਕਹਿ ਰਹੇ ਨੇ ਨਾ ਬੱਚਿਆਂ ਦਾ ਕੋਈ ਛੋਟਾ ਮੋਟਾ ਕੰਮ ਖੁੱਲ੍ਹੇ ਮੰਗਵਾ ਲਓ ਇੱਥੇ ਦਾਣੇ ਭੁੱਜੇ ਇੱਦਾਂ ਦਾ ਕਰੋ ਨਾ ਅਗਲੇ ਨੂੰ ਇੱਥੇ ਬੱਕਰੇ ਮੰਗਵਾਉਣ ਡਏ ਆ ਤੁਸੀਂ ਵਾੜਾ ਬਣਾਉਣ ਡਏ ਆ ਇਹ ਵੀ ਦੱਸੋ ਅਗਲੇ ਹਾਂਜੀ ਉਹ ਕਹਿੰਦੇ ਮੈਂ ਸਾਰਾ ਕਰਾਂਗਾ ਬੇਫਿਕਰ ਕੌਣ ਹਾਂ ਤੁਹਾਡੇ ਨੂੰ ਦੱਸ ਦਿੱਤਾ ਨਹੀਂ ਮੈਂ ਭਾਅ ਜੀ ਉਹਨਾਂ ਕੁ ਕਰਾਂਗਾ ਜੀ ਤੁਹਾਨੂੰ ਮੈਂ ਖਵਾਵਾਂਗਾ ਮਟਨ ਨਾਲ ਰੋਟੀ ਉਹ ਕਹਿੰਦੇ ਸਸਤਾ ਬਣਨਾ ਤਕਰੀਬ 2.25 ਲੱਖ ਰੁਪਇਆ ਲੱਗਣਾ ਆਪਣੀ ਪਾਰਟੀ ਦਾ ਆਹੋ ਨਹੀਂ ਮੈਂ ਇਹਨਾਂ ਨੂੰ ਲਿਆ ਕੇ ਖਵਾ ਦਿਆਂਗਾ ਕੁਝ ਵੀ ਨਹੀਂ ਆਂ ਭਾਅ ਜੀ ਰਾਜ਼ੀ ਕਰ ਦਿਆਂਗੇ ਮੈਂ ਰਾਜ਼ੀ ਕਹਿੰਦੇ ਰਾਜ਼ੀ ਕਰ ਦਿਆਂਗੇ ਜੀ ਠੀਕ ਹੋ ਗਿਆ ਹਾਂ ਲਓ ਜੀ ਤਿਆਰੀ ਕਰੋ ਮਾਸ਼ਾਅੱਲਾ ਭਾਅ ਜੀ ਮੁਬਾਰਕ ਹੋਵੇ ਪੇਪਰ ਹੋ ਗਏ ਨੇ ਜਮਾ ਖੈਰ ਮੁਬਾਰਕ ਤੇ ਤੁਹਾਡਾ ਜਿਹੜਾ ਮੁਖਾਲਫ ਉਮੀਦਵਾਰ ਹੈ ਉਹਦਾ ਵੀ ਪਤਾ ਲੱਗ ਗਿਆ ਜਿਹਦੇ ਨਾਲ ਤੁਸੀਂ ਇਲੈਕਸ਼ਨ ਲੜਨਾ ਤੇ ਬਸ ਭਾਅ ਜੀ ਤੁਸੀਂ ਕਾਮਯਾਬ ਆ ਸਾਡੇ ਨਾਲ ਬਸ ਇੱਕ ਭਾਅ ਜੀ ਕੰਮ ਹੋਰ ਕਰਨ ਕਿਹੜਾ ਭਲਾ ਰਾਤ ਨੂੰ ਭਾਅ ਜੀ ਫ੍ਰੀ ਹੋ ਕੇ ਕੰਮ ਤੋਂ ਘਰ ਜਾਈਦਾ ਨਾ ਰਸਤੇ 'ਚ ਅਗਰ ਨਹਿਰ ਆਉਂਦੀ ਆ ਨਹਿਰ ਦੇ ਕਿਨਾਰੇ ਕੁੱਤੇ ਬਹੁਤ ਪੈਂਦੇ ਪਿੰਨੀ ਨੂੰ ਤੇ ਇਹਨਾਂ ਦੀ ਪਿੰਨੀ ਵੀ ਠੀਕ ਆ ਮੈਂ ਕਹਿੰਦਾ ਉਹਨਾਂ ਕੋਲ ਦੰਦੀਆਂ ਵਢਾ ਲੈਣ ਤਾਂ ਕਿ ਸਾਡੀ ਦੰਦੀਆਂ ਕਰੇ ਬੜੇ ਨੂੰ ਹਟਾ ਕਿਦਾਂ ਨਹੀਂ ਦੰਦੀਆਂ ਕਰੇ ਵਢਾਵਾ ਪਤਾ ਸਾਡੀ ਪਿੰਨੀ ਛੋਟੀ ਆ ਤੇ ਐਡੀ ਪਿੰਨੀ ਐਡੀ ਉਹ ਕਿਤੇ ਨਹੀਂ ਤੁਸੀਂ ਚਾਵਲਾ ਵੀ ਇੱਕ ਮੈਂ ਦੰਦੀਆਂ ਤਿੰਨ ਚਾਰ ਵਾਰ ਤੁਹਾਡੀ ਪਿੰਨੀ ਨੂੰ ਕੁੱਤਾ ਪੈ ਗਿਆ ਨਾ ਉਹਨੂੰ ਪਤਾ ਲੱਗੇਗਾ ਕਿ ਇਸ ਇਲਾਕੇ ਦੀ ਪਿੰਨੀ ਬਹੁਤ ਵੱਡੀ ਹਾਂਜੀ ਤੁਹਾਡੀ ਪਿੰਨੀ ਵੀ ਹਾਥੀ ਟੈਪ ਆ ਨਾ ਤੇ ਕੁੱਤਿਆਂ ਦਾ ਸਰ ਜਾਣਾ ਮੈਂ ਕੁੱਤਾ ਹੀ ਹਜਾ ਕਰ ਲਵੇ ਗੱਲ ਕਰਨ ਲੱਗਾ ਕੁੱਤਾ ਹੀ ਸ਼ਰਮ ਕਰ ਲਵੇ ਗਟਰ ਕਢਵਾਈ ਜਾਂਦਾ ਕੁੱਤਾ ਕਦੀ ਲੋਕਾਂ ਦੇ ਕੰਮ ਕਰਾਈ ਜਿਹੜਾ ਕੁੱਤੇ ਦੀ ਜ਼ੁਬਾਨ ਅੰਦਰ ਰਹਿ ਗਈ ਤਾਂ ਫੇਰ ਹੀ ਆ ਕੁੱਤਾ ਤਾਂ ਪੌਕੜੇ ਨਹੀਂ ਹਟਣ ਡਿਆ ਕੀ ਹੈ ਜਦੋਂ ਇਲੈਕਸ਼ਨ 'ਚ ਤਕਰੀਰ ਕਰਨੀ ਨਾ ਤੇਰਾ ਸਭ ਤੋਂ ਵੱਡਾ ਜਿਹੜਾ ਨਾ ਜੁਮਲਾ ਹੋਣਾ ਹੀ ਇਸ ਮਹੱਲੇ ਦੇ ਕੁੱਤਿਆਂ ਨੂੰ ਅਸੀਂ ਪਿੰਨੀਆਂ ਪਾਈਆਂ ਹੋਰ ਕਿੰਨੀਆਂ ਪਾਈਆਂ ਇਸ ਮਹੱਲੇ ਦੇ ਕੁੱਤਿਆਂ ਨੂੰ ਮੈਂ ਪਿੰਨੀਆਂ ਪਾਵਾਂਗਾ ਮੈਂ ਪਾਵਾਂਗਾ ਅੱਛਾ ਚਲੋ ਹੁਣ ਤੁਹਾਡਾ ਸਵਾਲ ਤੈਅ ਹੋ ਗਿਆ ਨਹੀਂ ਭਾਜੀ ਕਦੀ ਕੁੱਤਿਆਂ ਦਾ ਕਹੀਏ ਤਾਂ ਕਦੀ ਮਿਲਿਆਂ ਦਾ ਕਹੀਏ ਤਾਂ ਕਦੀ ਜੂਆਂ ਦਾ ਕਹੀ ਜਾਂਦਾ ਇਹਨੇ ਕੀ ਮਜ਼ਾਕ ਬਣਾਇਆ ਇਸ ਬੰਦੇ ਨੇ ਆਪਣਾ ਮੈਨੂੰ ਕੀ ਸਮਝਦਾ ਹੈ ਮੇਰੀ ਜਾਨ ਉਹਦੇ ਤੇ ਆ ਜਾਣਾ ਤੂੰ ਆਪਣੇ ਹੁਣ ਸਿੱਧਾ ਆਪਣੇ ਹਲਕੇ ਦਾ ਵੇਖ ਤੈਨੂੰ ਹਲਕਾ ਕਿੱਡਾ ਸੋਹਣਾ ਮਿਲ ਗਿਆ ਮੁਖਾਲਫ ਉਮੀਦਵਾਰ ਤੇਰਾ ਕਿਹੜਾ ਬਣ ਗਿਆ ਤੈਨੂੰ ਪਤਾ ਤੇਰਾ ਹੁਣ ਇਲੈਕਸ਼ਨ ਅੱਲਾ ਇੱਜ਼ਤ ਦੇਣ ਡਿਆ ਵੇਖੋ ਜਾਂਦੇ ਕਾਗਜ਼ ਮੇਰੇ ਜਮਾ ਹੋ ਗਏ ਆ ਬੰਦਿਆਂ ਨੂੰ ਮਹੀਨਾ ਮਹੀਨਾ ਭਾਜੀ ਪੰਜ ਮਹੀਨੇ ਹੋ ਗਏ ਪੰਜ ਪੰਜ ਸਾਲ ਲੱਗ ਜਾਂਦੇ ਨੇ ਪੇਪਰ ਹੀ ਨਹੀਂ ਜਮਾ ਹੁੰਦੇ ਉੱਠਦੇ ਜਮਾ ਹੋ ਗਏ ਐਕਸੈਪਟ ਹੋ ਗਏ ਹਲਕਾ ਮਿਲ ਗਿਆ ਕਿਹੜੇ ਹਲਕੇ ਤੋਂ ਲੜਨਾ ਔਰ ਅੱਲਾ ਦੀ ਮਿਹਰਬਾਨੀ ਇਸ ਹਲਕੇ ਨੂੰ ਮੈਂ ਦੱਸਾਂਗਾ ਔਰ ਭਾਜੀ ਬਹੁਤ ਹੀ ਹਲਕਾ ਮਿਲ ਗਿਆ ਲੱਗਦਾ ਵੀ ਕਿੱਦਾਂ ਕੰਮ ਹੁੰਦੇ ਆ ਹਲਕਾ ਜੀ ਤੁਸੀਂ ਜਾਣਦੇ ਸ਼ੇਰ ਵੀ ਪੜਨਾ ਵਾ ਆਹ ਸ਼ੇਰ ਉਦੋਂ ਹੀ ਪੜਨਾ ਹੈ ਕਿਹੜਾ ਭਲਾ ਉਦੋਂ ਤੱਕ ਯਾਦ ਵੀ ਹੋਣਾ ਲੱਕੜ ਮੰਡੀ ਬੱਕਰ ਅਲੱਗ ਲੱਕੜ ਮੰਡੀ ਬੱਕਰ ਮੰਡੀ ਸੂਏ ਵੀ ਆਇਆ ਲਤੂਰਾ ਸਿਰ ਪਟਾ ਚੀਂ ਪਟਾਕੇ ਚਾਚਾ ਬਾਬਾ ਬਾਬਾ ਸੁੱਤਾ ਆਲੂ ਬੁਖਾਰਾ ਬੇਚਾਰਾ ਭੁੱਖਾ ਮੈਂ ਲਿਆ ਭੁੱਖਾ ਬੇਚਾਰਾ ਮਰ ਗਿਆ ਮਰ ਗਿਆ ਕੀ ਰਹਿ ਗਿਆ ਸਾਡਾ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਹਲਕਾ ਕਿਹੜਾ ਤੇ ਮੁਖਾਲਫ ਕੌਣ ਹਾਂ ਲਓ ਜੀ ਨੇਪਾਲ ਤੁਹਾਡਾ ਹਲਕਾ ਜੇ ਤੇ ਤੁਹਾਡੇ ਮੁਖਾਲਫ ਉਮੀਦਵਾਰ ਜਿਹੜਾ ਚਾਈਨਾ ਦਾ ਬੰਦਾ ਇੱਕ ਠੀਕ ਹੈ ਤੇ ਚਾਈਨਾ ਦਾ ਬੰਦਾ ਕਿੰਨੀ ਦੇਰ ਖਲੋਤਾ ਰਹੋ ਚਾਈਨਾ ਦੀ ਕੋਈ ਚੀਜ਼ ਟਾਈਮ ਕੱਢਦੀ ਮਹੀਨਾ ਦੋ ਮਹੀਨੇ ਔਗਾ ਉਹ ਤੁਹਾਡੇ ਖਿਲਾਫ ਖਲੋਤਾ ਹੋਇਆ ਤੇ ਛੋਂ ਮਾਉਂ ਪੌਂਗਾ ਜਿਹੜੇ ਛੋਂ ਮਾਉਂ ਪੌਂਗਾ ਛੋਂਗਾ ਠੀਕ ਇਹਦਾ ਮਤਲਬ ਕਿ ਰਾਣਾ ਛੋਂ ਪਾਉਂ ਉਥੋਂ ਦੀ ਜ਼ਾਤ ਉਹਨਾਂ ਇਲੈਕਸ਼ਨ ਲੜਨਾ ਨੇਪਾਲ ਚੋਂ ਇਲੈਕਸ਼ਨ ਲੜਨਾ ਪਾਉਂਗਾ ਉਹ ਤੁਹਾਡੇ ਖਿਲਾਫ ਖਲੋਤਾ ਹੋਇਆ ਅੱਛਾ ਤੇ ਉਹਦੇ ਖਿਲਾਫ ਤੁਸੀਂ ਖਲੋ ਕੇ ਵੋਟਾਂ ਲੈਣੀਆਂ ਨੇ ਗਟਰ ਇੱਥੇ ਦੇ ਕਢਾਉਣ ਡਏ ਜੂਆਂ ਇੱਥੇ ਦੀਆਂ ਕਢਾਉਣ ਡਏ ਆ ਹੈ
ਇੱਥੇ ਦੇ ਕੰਮ ਗਰਾਉਂਡ ਹੈ ਜਾਂ ਇੱਥੇ ਬੱਚਿਆਂ ਨੂੰ ਉਹ ਲਿਆ ਦਿਓ ਹੈ ਉਹ ਕਿਤੇ ਆ ਸ਼ੌਮੋ ਪੌਂਗੋਂ ਗੋਂਗੋਂ ਸ਼ੌਮੋਂ ਪੌਂਗਾਂ ਉਹ ਸ਼ੌਮੋਂ ਮੋਂਗੋਂ ਪੌਂਗ ਕਿਤੇ ਆ ਤੋ ਤੂੰ ਤੇਰਾ ਸ਼ੇਰ ਲੱਕੜ ਮੰਡੀ ਗਟਕੜ ਮੋਂ ਨੱਥੂਗਾ ਗਿਆ ਸੂਆ ਲਾ ਲਾਇਆ ਦੁਰ ਫਿਟੇ ਮੂੰਹ ਸ਼ੌਮੋਂ ਮੋਂਗੋਂ ਗੋਂਗੋਂ ਮੋਂਗੋਂ ਲੱਕੜ ਲਾਣਾ ਤਾਂ ਤੁਹਾਡੇ ਤੇ ਮੈਂ ਤੁਹਾਡੇ ਮੂੰਹ ਵਾਲੇ ਵੇਖੀ ਜਾਂਦਾ ਮੇਰਾ ਫੋਨ ਤੇ ਦੇ ਮੇਰੇ ਆਰਾਮ ਤੇ ਦੇ ਮੇਰੇ ਆਰਾਮ ਦੇ ਪੈਸੇ ਨਹੀਂ ਹੈ ਮੈਂ ਚੱਲ ਪਰੇ ਜਾ ਚੱਲ ਪਰੇ ਤੇਰੇ ਨੂੰ ਮੂੰਹ ਵਾਲੇ ਵੇਖੀ ਜਾਂਦਾ ਮੋਬਾਈਲ ਮੇਰਾ ਮੋਂ 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 ਛੰਗੇ ਦੀ ਮੰਡੀ ਲੈ ਦੱਸ ਚੱਲ ਦਾ ਤੂੰ ਮੇਰੇ ਕੋਲ चाली मेनू आ गया मौज कर